ਇੱਕ ਥੱਪੜਾ ਚ ਪਿਆ ਸੀਗਾ ਅਜ ਤੱਕ ਇਹਦੇ ਮੂੰਹ ਤੋਂ ਸੋਜਾ ਨਹੀਂ ਉਤਰਿਆ ਹੈਗਾ ਇਹ ਗੱਲਾਂ ਕਰਦਾ ਬਹੁਤ ਤੇ ਬੜਕਾ ਮਾਰਦਾ ਧਰਤੀ ਕੀ ਪੂਰੀ ਦੁਨੀਆ ਦੀ ਧਰਤੀ ਤੇ ਅਸੀਂ ਬੈਠੇ ਆਂ ਪੰਜਾਬ ਦੇ ਵਿੱਚ ਤੇ ਸਿੱਖ ਕੌਮ ਜਿਉਂਦੀ ਆ ਕੋਨਾ ਚਿਰ ਤੱਕ ਕੋਈ ਅੱਖ ਚੱਕ ਕੇ ਦਿਖਾਉਂਦੀ ਅੱਖਾਂ ਨਹੀਂ ਕੱਢ ਕੇ ਰੱਖ ਦਾਂਗੇ ਤੁਸੀਂ ਪੰਜਾਬ ਦਾ ਮਾਣ ਖਰਾਬ ਕਰ ਰਹੇ ਹੋ। ਹੋਰ ਫਾਨੀਆਂ ਗੱਲਾਂ ਹੋਈਆਂ ਨੇ। ਇੱਕ ਵੀ ਇੱਕ ਚੀਜ਼ ਇਹ ਕਰਕੇ ਦੱਸੇ ਸਰਕਾਰਾਂ ਵੱਲੋਂ ਅਜੇ ਤੱਕ ਜਿਹੜੇ Hindu ਪਰਿਵਾਰਾਂ ਨੂੰ ਵੀ ਤੰਗ ਕੀਤਾ ਗਿਆ ਜਾਂ Sikh ਪਰਿਵਾਰਾਂ ਨੂੰ ਵੀ ਤੰਗ ਕੀਤਾ ਕਿਸੇ ਇੱਕ ਦੀ ਇਹਨਾਂ ਨੇ ਬਾਤ ਪੁੱਛੀ ਹੋਵੇ। ਇੱਕ ਵੀ ਦਲੀਲ ਦੇ ਕੇ ਦੱਸ ਦੇਣਾ ਮੈਨੂੰ ਇਹ। ਨਾ ਤਾਂ ਪੰਜਾਬ ਦੀ ਕਿਸਾਨੀ ਲਈ ਤੁਹਾਡਾ ਕੋਈ ਯੋਗਦਾਨ ਹੈ ਨਾ ਪੰਜਾਬੀ ਭਾਸ਼ਾ ਲਈ ਕੋਈ ਤੁਹਾਡਾ ਯੋਗਦਾਨ ਹੈ ਨਾ ਤੁਹਾਡਾ ਪੰਜਾਬ ਦੇ ਕੋਈ ਹੋਰ ਜਿਹੜੇ ਹੱਕ ਨੇ ਉਹਨਾਂ ਲਈ ਵਿਚ ਤੁਹਾਡਾ ਕੋਈ ਯੋਗਦਾਨ ਹੈ ਜੇ ਤੁਸੀਂ ਗੱਲ ਕਰਦੇ ਹੋ ਦੇਸ਼ ਦੀ ਵੀ ਅਸੀਂ ਦੇਸ਼ ਭਗਤਾਂ ਤਾਂ ਫਿਰ ਮੈਨੂੰ ਐ ਦੱਸੋ ਤੁਹਾਡਾ ਭਾਰਤ ਦੇ ਦੇਸ਼ ਦੇ ਲਈ ਵਿੱਚ ਕੀ ਯੋਗਦਾਨ ਹੈ ਠੀਕ ਹੈ ਗੁੰਮਾੜਾ ਚੰਗਾ ਬੋਲੇ ਗੁੱਸਾ ਨਾ ਕਰਿਓ ਜੇ ਕਿਉਂਕਿ ਮੁਕਤੀ ਨਹੀਂ ਹੋ ਸਕਦੀ ਸਾਡੇ ਤੋਂ ਠੀਕ ਹੈ ਨਾ ਪਹਿਲੀ ਗੱਲ ਤਾਂ ਸਾਡੀ ਇਹ ਹੈ ਜੀ ਸਾਡੇ ਪਿੰਡਾਂ ਚ ਪੁਲਿਸ ਨਾਲ ਬੰਦੇ ਪੜਨ ਇਹ ਆਖੀ ਜਨੇ ਦੋਚੀਆਂ ਨੇ ਪਰਚੇ ਕੱਟਦੇ ਹੋ ਫਲਾਣੇ ਦੇ ਦੋਚੇ ਆਏ ਕੌਣ ਆ ਪਰ ਆਖਰ ਨੰਗਾ ਹੀ ਹੋ ਗਿਆ ਕੀ ਹੋ ਗਿਆ ਕੀ ਹੋ ਗਈ ਗਿਆ ਨੰਗਾ ਤੇ ਹੋਈ ਜਾਂਦਾ ਬੰਦਾ ਆਮ ਹੀ ਹੈ ਨੰਗੇ ਦੀ ਧਾਰਾ ਦੱਸੋ ਕੀ ਬੰਦੀ ਹੈ ਮਾਰਾ ਨੰਗਾ ਅਈ ਨਹੀਂ ਪੁੱਲ ਖੜੀ ਏ ਸਾਨੂੰ ਦੱਸੇ ਲੱਗੇ ਦੀ ਧਾਰਾ ਕੀ ਬੰਦੀ ਆ ਅਸੀਂ ਬੱਦੇ ਫੜਾਉਣੇ ਆ ਸਾਡੇ 500 ਸਾਲ ਦਾ ਇਤਿਹਾਸ ਹੈ ਮਾਰੇ ਗੁਰੂਆਂ ਦਾ ਜੋ ਸੂਝ ਰਿਹਾ ਮੋਦੀ 5-7 ਸਾਲ ਮੈਂ ਆ ਗਿਆ ਮੈਂ ਥਾਰ ਬਰ ਰਾਜ ਕਰ ਜੂਗਾ ਪੁੱਲ ਜਾ ਮੂੰਹ ਵੀ ਨਾ ਕਰਦੀ ਏ ਜੁਇਨ ਨੌੜੀ ਨੂੰ ਚਲਾ ਲੈ ਜਿੰਨੀ ਮਰਜ਼ੀ ਚਲਾਣੀ ਲੰਬੀ ਲੜਾਈ ਚਲਾ ਲੈ ਯੋਗ ਯਾਦ ਰੱਖਿਏ ਪਿੱਛੇ ਨਹੀਂ ਹਟਦੇ ਜਦ ਵੀ ਵਧਾਂਗੇ ਨਾ ਦਿੱਲੀ ਔੜੀ ਨੂੰ ਵਧਾਂਗੇ ਜਦ ਵੀ ਵਧਾਂਗੇ ਮਾਨੂੰ ਡਟਕਾ ਕਰਨਾ ਪੜੇਗਾ ਇਸ ਕੋ ਮਾਨੂੰ ਬਚਾਉਣਾ ਪੜੇਗਾ ਇਸ ਇਤਿਹਾਸ ਨੂੰ ਬਚਾਉਣਾ ਪੜੇਗਾ ਜਿੱਤੇ ਰੇ ਆਦਾਂ ਨੂੰ ਫਿਰ ਬਲਾਨ ਹੋਣਾ ਬਾਕੀ ਆ ਜਿੱਤੇ ਰੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰਾਂ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ ਹੁਣ ਤੇ ਅਪਡੇਟਸ ਦੀ ਲੜੀ ਦੇ ਵਿੱਚ ਦੋਸਤੋ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡੇ ਲਈ ਕੁਝ ਵੱਡੇ ਕੁਝ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਸ ਲਈ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਬਿਨਾ ਤੁਹਾਡਾ ਜਿਆਦਾ ਸਮਾਂ ਲਏ ਸ਼ੁਰੂ ਕਰਦੇ ਆ ਅੱਜ ਦੇ ਅਪਡੇਟਸ ਦੀ ਲੜੀ ਨੂੰ ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਜਿੱਥੇ ਕਿ ਇੱਕ ਵੱਡਾ ਮਸਲਾ ਭਖ ਗਿਆ ਉਸ ਬਾਰੇ ਵੀ ਇੱਕ ਲਾਈਵ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਨਾਲ ਹੀ ਲਖਸ ਸੁਧਾਨਾ ਬਾਰੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦਿੱਲੀ ਸੰਘਰਸ਼ ਬਾਰੇ ਉਹ ਵੀ ਤੁਹਾਡੇ ਨਾਲ ਅੱਜ ਦੇ ਅਪਡੇਟਸ ਦੀ ਲੜੀ ਦੇ ਨਾਲ ਵਿੱਚ ਹੀ ਸਾਂਝੀ ਕਰਾਂਗੇ ਤੇ ਨਾਲ ਹੀ ਦੋਸਤੋ ਦੀਪ ਸਿੱਧੂ ਅਤੇ ਲਖਸ ਸੁਧਾਨਾ ਬਾਰੇ ਕੁਝ ਖੁਲਾਸੇ ਕੀਤੇ ਨੇ ਉਹਨਾਂ ਦੇ ਹਮਾਇਤੀ ਨੇ ਕੁਝ ਗੱਲਾਂ ਸਾਹਮਣੇ ਰੱਖੀਆਂ ਨੇ ਉਹ ਵੀ ਤੁਹਾਡੇ ਨਾਲ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਹੀ ਸਾਂਝੀ ਕਰਾਂਗੇ ਸੋ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਪਹਿਲਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋ ਤੁਹਾਨੂੰ ਲੈ ਚੱਲਦਾ ਇੱਕ ਨੌਜਵਾਨ ਦੀ ਵੀਡੀਓ ਵੱਲ ਜਿਨ੍ਹਾਂ ਨੇ ਕਿ ਕੁਝ ਸ਼ੇਪ ਸੈਣਾ ਵਾਲਿਆਂ ਨੂੰ ਵੱਡੇ ਜਵਾਬ ਦਿੱਤੇ ਨੇ ਜੋ ਕਿ ਇਸ ਵਾਲੇ ਵੱਡਾ ਬਾਦ ਇੱਕ ਖੜਾ ਹੋ ਗਿਆ ਜਦੋਂ ਸ਼ਿਵ ਸੈਨਾ ਦੇ ਇੱਕ ਆਗੂ ਵੱਲੋਂ ਨਿਹੰਗ ਸਿੰਘਾਂ ਦੇ ਜੋ ਸਸ਼ਤਰ ਨੇ ਉਹਨਾਂ ਤੇ ਪਾਬੰਦੀ ਲਾਉਣ ਦੇ ਲਈ ਸਰਕਾਰ ਤੋਂ ਮੰਗ ਕਰ ਦਿੱਤੀ ਹੈ ਤਾਂ ਇਸ ਨੌਜਵਾਨ ਨੇ ਕਿਹੜੇ ਵੱਡੇ ਖੁਲਾਸੇ ਤੇ ਐਲਾਨ ਕੀਤੇ ਨੇ ਆਪਣੀ ਇਸ ਲਾਈਵ ਵੀਡੀਓ ਦੇ ਵਿੱਚ ਆਓ ਤੁਸੀਂ ਆਪ ਹੀ ਦੇਖ ਲਵੋ ਇਸ ਵੀਡੀਓ ਤੋਂ ਬਾਅਦ ਕੁਝ ਹੋਰ ਵੀ ਵੱਡੇ ਖੁਲਾਸੇ ਤੁਹਾਡੇ ਨਾਲ ਕੁਝ ਵੱਡੇ ਅਪਡੇਟ ਸਾਂਝੇ ਕਰਾਂਗੇ ਇਸ ਲਈ ਸਾਰੇ ਦੋਸਤ ਲਗਾਤਾਰ ਵੀਡੀਓ ਦੇ ਨਾਲ ਬਨੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜਾ ਪੰਜਾਬ ਦੇ ਵਿੱਚ ਨਕਲੀ ਸ਼ਿਵਸੈਨਾ ਵਾਲੇ ਨੇ ਲਾਈਵ ਹੋ ਕੇ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਜਿਹਦੇ ਵਿੱਚ ਇੱਕ ਨਿਸ਼ਾੰਤ ਸ਼ਰਮਾ ਨਾਮ ਦਾ ਇੱਕ ਬੰਦਾ ਜਿਹੜਾ ਹੈ ਨਿਹੰਗ ਸਾਡੇ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਜਿਹੜੇ ਸ਼ਸਤਰ ਨੇ ਉਹਨਾਂ ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਆ ਤੇ ਉਹਨੇ ਕਿਹਾ ਕਿ ਇਹਨਾਂ ਦੇ ਸ਼ਸਤਰਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਤੇ ਅਸੀਂ ਗਵਰਨਮੈਂਟ ਨੂੰ ਇਸ ਬਾਰੇ ਲਿਖਤੀ ਰੂਪ ਦੇ ਵਿੱਚ ਦਵਾਂਗੇ ਮੈਂ ਇਹਨਾਂ ਸ਼ਿਵਸੈਨੀਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਨਕਲੀ ਸ਼ਿਵਸੈਨੀਆਂ ਨੇ ਜਿਹੜੇ ਪੰਜਾਬ ਦੇ ਵਿੱਚ Hindu Sikh ਜਿਹੜਾ ਭਾਈਚਾਰਾ ਉਹਦੇ ਵਿੱਚ ਦਰਾੜ ਪਾਉਣ ਦੇ ਲਈ ਨਿਤ ਨਵੀਆਂ ਸਟੇਟਮੈਂਟਾਂ ਦੰਦੇ ਨੇ ਆਪਣੇ ਆਪ ਨੂੰ ਇਹ ਹਿੰਦੂਆਂ ਦੇ ਠੇਕੇਦਾਰ ਕਹਿੰਦੇ ਨੇ ਮੈਂ ਇਹਨਾਂ ਸ਼ਿਵਸੈਨੀਆਂ ਨੂੰ ਦੱਸਣਾ ਚਾਹੁੰਨਾ ਕਿਸੇ ਵਿੱਚ ਜ਼ੁਰਤ ਨਹੀਂ ਹੈਗੀ ਕਿ ਪੰਜਾਬ ਦੇ Hindu ਵੱਲ ਕੋਈ ਅੱਖ ਚੱਕ ਕੇ ਦੇਖ ਲਵੇ ਜਿੰਨਾ ਚਿਰ ਤੱਕ ਸਿੱਖ ਕੌਮ ਜੀਉਂਦੀ ਆ ਇਹ ਤੁਹਾਨੂੰ ਅਸੀਂ ਲਾਈਵ ਹੋ ਕੇ ਦੱਸਣਾ ਚਾਹੁੰਦੇ ਆ ਕਿਸੇ ਦੀ ਅੱਖ 'ਚ ਇੰਨੀ ਜ਼ੁਰਤ ਨਹੀਂ ਕਿ ਪੰਜਾਬ ਦੇ ਕਿਸੇ ਵੀ Hindu ਵੀਰ ਨੂੰ ਸਾਡੀ ਭੈਣ ਨੂੰ ਕੋਈ ਵੀ ਅੱਖ ਚੁੱਕ ਕੇ ਦੇਖ ਲਵੇ ਅਸੀਂ ਉਹਨਾਂ ਦੀ ਅੱਖਾਂ ਕੱਢ ਦਾਂਗੇ ਜਿਹੜਾ ਪੰਜਾਬ ਦੇ ਹਿੰਦੂਆਂ ਵੱਲ ਅੱਖ ਚੁੱਕ ਕੇ ਦੇਖੂਗਾ ਪਰ ਤੁਸੀਂ ਲੋਕ ਲਾਈਵੋ ਕੇ ਪੰਜਾਬ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਦਰਾੜ ਪਾਉਣਾ ਚਾਹੁੰਦੇ ਹੋ ਹਰ ਇੱਕ ਗੱਲ ਨੂੰ ਤੁਸੀਂ ਧਾਰਮਿਕ ਤੌਰ ਤੇ ਲੈ ਚਾਹੁੰਦੇ ਹੋ ਹਿੰਦੂ ਸਿੱਖ ਦੀ ਹਿੰਦੂ ਸਿੱਖ ਦੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਹਿੰਦੂ ਵੀਰ ਨੇ ਬੜੇ ਸਤਿਕਾਰਯੋਗ ਨੇ ਤੁਸੀਂ ਉਹਨਾਂ ਦੇ ਠੇਕੇਦਾਰ ਨਾ ਬਣੋ ਹੁਣ ਤੁਸੀਂ ਗੱਲ ਕੀਤੀ ਹੈ ਕਿ ਨਿਹੰਗਾਂ ਦੇ ਸ਼ਸਤਰਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਸ਼ਿਵ ਸੈਨੀਆਂ ਨੂੰ ਤੁਸੀਂ ਸਿਕਿਉਰਟੀਆਂ ਲੈਣ ਦੇ ਲਈ ਤਾਂ ਆਪਣੇ ਤੇ ਨਕਲੀ ਹਮਲੇ ਕਰਦੇ ਹੋ ਆ ਖੰਨੇ ਫੜਿਆ ਗਿਆ ਅਮ ਆ ਹੁਣ ਦੀ ਉਹ ਗੱਲ ਆ ਅੱਜ ਦੀ ਉਹ ਚੱਲ ਰਹੀ ਆ ਖਬਰ ਖੰਨੇ ਇੱਕ ਤੁਹਾਡਾ ਸਾਥੀ ਪੜਿਆ ਗਿਆ ਜਿਨੇ ਆਪਣੇ ਉੱਤੇ ਹਮਲਾ ਕਰਵਾਇਆ ਕਿ ਮੈਨੂੰ ਸਿਕਿਉਰਟੀ ਮਿਲ ਜਵੇ ਤੁਸੀਂ ਜਿੰਨੇ ਵੀ ਪੰਜਾਬ ਦੇ ਵਿੱਚ ਹਮਲੇ ਕਰਵਾਏ ਨੇ ਸਾਰੇ ਨਕਲੀ ਹਮਲੇ ਕਰਵਾ ਕੇ ਤੁਸੀਂ ਦੂਸਰੀ ਕੌਮ ਨੂੰ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ ਸੋ ਮੈਂ ਕੈਪਟਨ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਵੇ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਨਾ ਕਰਨ ਕਿਉਂਕਿ ਇਹ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਨੇ ਸੋ ਇਹਨੇ ਗੱਲ ਕੀਤੀ ਸੇ ਨਿਹੰਗ ਸਿੰਘਾਂ ਦੇ ਸ਼ਸਤਰਾਂ ਤੇ ਕਹਿੰਦਾ ਪਵੰਦੀ ਲੱਗਣੀ ਚਾਹੀਦੀ ਆ ਉਹ ਇਹਨਾਂ ਨਿਹੰਗ ਸਿੰਘਾਂ ਦੀਆਂ ਸ਼ਸਤਰਾਂ ਨੇ ਹੀ ਇਸ ਦੇਸ਼ ਨੂੰ ਜਿਹਦੇ ਵਿੱਚ ਤੁਸੀਂ ਅੱਜ ਰਹਿੰਦੇ ਹੋ ਭਾਰਤ ਨੂੰ ਜੋ ਅੱਜ ਤੱਕ ਗਜਨੀ ਅਬਦਾਲੀ ਤੋਂ ਉਹਨਾਂ ਨੇ ਹੀ ਬਚਾਇਆ ਸੀ ਇਹਨਾਂ ਸ਼ਸਤਰਾਂ ਦੇ ਨਾਲ ਤੁਸੀਂ ਅੱਜ ਇੱਥੋਂ ਤੱਕ ਗਿਰ ਚੁੱਕੇ ਹੋ ਕਿ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚ ਸਾਡੇ ਨਿਹੰਗ ਜਥੇਬੰਦੀਆਂ ਨੇ ਉਹਨਾਂ ਤੇ ਕਿੰਤੂ ਪ੍ਰੰਤੂ ਕਰ ਰਹੇ ਉਹਨਾਂ ਦੇ ਸ਼ਸਤਰਾਂ ਤੇ ਕਰ ਰਹੇ ਹੋ ਮੈਂ ਪੂਰੇ ਜਿਹੜੇ ਨਕਲੀ ਸ਼ਿਵਸੈਨੀਆਂ ਨੇ ਮੈਂ ਇਹਨਾਂ ਦੇ ਸਾਰੇ ਲੀਡਰਾਂ ਨੂੰ ਚੈਲੰਜ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਦੇਸ਼ ਭਗਤ ਮੰਨਦੇ ਹੋ ਤੇ ਤੁਹਾਨੂੰ ਮੈਂ ਅੱਗੇ ਵੀ ਲਾਈਵ ਹੋ ਕੇ ਕਿਹਾ ਕਿ ਆਜੋ ਸਾਡੇ ਨਾਲ ਚਾਈਨਾ ਦੇ ਬਾਰਡਰ ਤੇ ਚੱਲੀਏ ਚਾਈਨਾ ਦੀ ਆਰਮੀ ਸਾਡੇ ਜਿਹੜੀ ਭਾਰਤ ਦੀਆਂ ਹੱਦਾਂ ਦੇ ਅੰਦਰ ਕਿੰਨੇ ਕਿਲੋਮੀਟਰ ਅੱਗੇ ਆ ਚੁੱਕੀ ਆ ਉਹ ਪ੍ਰਧਾਨ ਮੰਤਰੀ ਨੂੰ ਤੇ ਰਾਸ਼ਟਰਪਤੀ ਨੂੰ ਚਿੱਠੀ ਲਿਖੋ ਤੇ ਉਹ ਚਿੱਠੀ ਲਿਖ ਕੇ ਕਹੋ ਕਿ ਅਸੀਂ ਦੇਸ਼ ਭਗਤਾਂ ਕਿ ਅਸੀਂ ਚਾਈਨਾ ਦੀ ਆਰਮੀ ਨੂੰ ਦੇਖਣਾ ਚਾਹੁੰਦੇ ਜਿਹੜੀ ਚਾਈਨਾ ਦੀ ਆਰਮੀ ਸਾਡੇ ਬਾਰਡਰ ਦੇ ਅੰਦਰ ਵੜ ਗਈ ਆ ਅਸੀਂ ਉਹਨਾਂ ਦੇ ਨਾਲ ਲੜ ਕੇ ਆਪਣੀ ਦੇਸ਼ ਦੀ ਜਿਹੜੀ ਰਾਖੀ ਕਰਨਾ ਚਾਹੁੰਦੇ ਅਸੀਂ ਤੁਹਾਡੇ ਨਾਲ ਚੱਲਾਂਗੇ ਚਲੋ ਜੇ ਤੁਹਾਡੇ 'ਚ ਦੇਸ਼ ਭਗਤੀ ਆ ਨਾ ਤਾਂ ਤੁਹਾਡੀ ਦੇਣ ਆ ਕੋਈ Hindu ਧਰਮ ਨੂੰ ਦੇਣਾ ਨਾ ਤੁਸੀਂ ਕੋਈ ਦੇ Hindu ਵੀਰਾਂ ਦੀ ਕਿਸੇ ਦੀ ਸਾਰ ਲਈ ਆ ਨਾ ਕੋਈ ਸਿੱਖਾਂ ਦਾ ਤਾਂ ਚਲ ਕਰਨਾ ਹੀ ਕੀ ਆ ਨਾ ਸਿੱਖ ਨਾ ਕਿਸੇ ਵੀ ਇੱਕ ਵੀ ਗੱਲ ਦੱਸ ਦਿਓ ਕੋਈ ਤੁਹਾਡਾ ਪੁੱਤ ਤੁਹਾਡਾ ਰਿਸ਼ਤੇਦਾਰ ਕੋਈ ਦੂਰ ਨੇੜੇ ਦਾ ਕੋਈ ਸਾਕਾ ਸੰਬੰਧੀ ਰਿਸ਼ਤੇਦਾਰ ਕੋਈ ਆਰਮੀ ਦੇ ਵਿੱਚ ਹੈਗਾ ਕੋਈ ਇੰਡੀਅਨ ਆਰਮੀ ਦੇ ਵਿੱਚ ਕੋਈ ਜੌਬ ਕਰਦਾ ਮੈਂ ਸ਼ਿਵਸੈਨੀਆਂ ਨੂੰ ਪੁੱਛਣਾ ਚਾਹੁੰਦਾ ਕੋਈ ਤੁਹਾਡਾ ਆਪਣਾ ਪੁੱਤ ਧੀ ਜਾਂ ਕੋਈ ਹੋਰ ਵੀ ਤੁਹਾਡਾ ਕੋਈ ਚਾਈਨਾ ਦੇ ਬਾਰਡਰ ਤੇ ਅਜੇ ਤੱਕ ਸ਼ਹੀਦ ਹੋ ਕੇ ਆਇਆ ਕਿਸੇ ਨੇ ਅਜੇ ਤੱਕ ਚੀਨ ਚਾਈਨਾ ਦੇ ਬਾਰਡਰ ਤੇ ਸ਼ਹਾਦਤ ਪਾਈ ਆ ਤੁਸੀਂ ਕਾਲੇ ਦੇਸ਼ ਪੱਖ ਤੋਂ ਤੁਸੀਂ ਬੈਠ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਹੋ ਤੁਸੀਂ ਤੇ ਕੈਪਟਨ ਮਰਿੰਦਰ ਸਿੰਘ ਜਾਣ ਪੁੱਛ ਕੇ ਇਹਨਾਂ ਨੂੰ ਸ਼ਹਿਦ ਦੇ ਰਿਹਾ ਹੁਣ ਇਹ ਗੱਲ ਕੀ ਹੋ ਰਹੀ ਆ ਪੰਜਾਬ ਦੇ ਵਿੱਚ ਮੈਂ ਪੰਜਾਬ ਦੇ ਜਿਹੜੇ ਨੌਜਵਾਨ ਨੌਜਵਾਨ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਚੀਜ਼ ਨੂੰ ਆਪਾਂ ਨੂੰ ਸਮਝਣਾ ਪੈਣਾ ਜਿਹੜੀ ਸੈਂਟਰ ਗਵਰਨਮੈਂਟ ਆ ਉਹਨੇ ਹਰ ਇੱਕ ਜਿਹੜਾ ਹੀਲਾ ਉਹ ਵਰਤ ਲਿਆ ਸਾਡੇ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਉਹਨੇ ਸਾਡੇ ਵਿੱਚ ਗੁੰਡੇ ਸਾਡੇ ਤੇ ਅਟੈਕ ਵੀ ਕਰਵਾ ਲਏ ਸਾਡੀ 26 ਵਾਲੀ ਜਿਹੜੀ ਘਟਨਾ ਉਹਨੂੰ ਬਦਨਾਮ ਕਰ ਲਈ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਅੱਤਵਾਦੀ ਬਣਾਉਣ ਦੇ ਲਈ ਬਹੁਤ ਵੱਡੀ ਇੱਕ ਕੋਸ਼ਿਸ਼ ਕੀਤੀ ਪਰ ਸਾਰੀਆਂ ਸਕੀਮਾਂ ਫੇਲ ਹੋ ਚੁੱਕੇ ਨੇ ਅੱਜ ਨਵੇਂ ਇਹਨਾਂ ਨੂੰ ਸੌਂਪ ਦਿੱਤੀ ਹੈ ਸਿਵਸ਼ਾਣ ਵਾਲਿਆਂ ਨੂੰ ਤੇ ਬੀਜੇਪੀ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ ਕਿ ਤੁਸੀਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰੋ ਤਾਂ ਜੋ ਲੋਕ ਤੁਹਾਡੇ ਬਰੋਚ ਚ ਹੋਣ ਤੇ ਤਾਂ ਜੋ ਅਸੀਂ ਇੱਥੇ ਰਾਸ਼ਟਰਪਤੀ ਜਿਹੜਾ ਸ਼ਾਸਨਾ ਨੂੰ ਲਾਗੂ ਕਰ ਸਕੀਏ ਇਹ ਇਹਨਾਂ ਦੀ ਪਾਲਿਸੀ ਆ ਸਾਨੂੰ ਸਮਝਣਾ ਪੈਣਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਜਾਣ ਬੁੱਝ ਕੇ ਇਹਨਾਂ ਨੂੰ ਸ਼ਹਿ ਦੇ ਰਿਹਾ ਕਿਉਂ ਨੀ ਯਾਰ ਜੇ ਹੋਰ ਕਿਸੇ ਤੇ ਕੋਈ ਮਾੜਾ ਮੋਟਾ ਗਲਤ ਪਿਆਨ ਦੇ ਦਿੰਦਾ ਉਹਨੂੰ ਚੱਕ ਕੇ ਜਦੇ ਸਰਕਾਰਾਂ ਅੰਦਰ ਠੋਕ ਦਿੰਦੀਆਂ ਨੇ ਇਹ ਸ਼ਰੇਆਮ ਸਿਕਿਉਰਟੀਆਂ ਲੈਣ ਦੇ ਲਈ ਉਹ ਕਰਦੇ ਨੇ ਨਿਸ਼ਾਂਤ ਸ਼ਰਮਾ ਤੇ ਇੱਕ ਥੱਪੜਾ ਚ ਪਿਆ ਸੀਗਾ ਜਥੇਦਾਰ ਸਾਹਿਬ ਵੱਲੋਂ ਅੱਜ ਤੱਕ ਇਹਦੇ ਮੂੰਹ ਤੋਂ ਸੋਜਾ ਨਹੀਂ ਉਤਰਿਆ ਹੈਗਾ ਇਹ ਗੱਲਾਂ ਕਰਦਾ ਬਾਅਦ ਤੇ ਬੜਕਾ ਮਾਰਦਾ ਸੋ ਇਹਨਾਂ ਨੂੰ ਨੱਥ ਪਾਈ ਜਾਵੇ ਯਾਰ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਲੱਗੇ ਹੋਏ ਨੇ ਪੰਜਾਬ ਦਾ ਬਿਲਕੁਲ ਕਿਹੜਾ ਮੈਨੂੰ ਦੱਸੇ ਪੰਜਾਬ ਦਾ ਕੋਈ ਹਿੰਦੂ ਵੀਰ ਸਾਡਾ ਜਾਂ ਕੋਈ ਵੀ ਕਿਸੇ ਨੂੰ ਅਜੇ ਤੱਕ ਕਿਸੇ ਸਿੱਖ ਨੇ ਕੁਝ ਕਿਹਾ ਹੋਵੇ ਜਿੰਨਾ ਚਿਰ ਤੱਕ ਪੰਜਾਬ ਦੀ ਧਰਤੀ ਕੀ ਪੂਰੀ ਦੁਨੀਆ ਦੀ ਧਰਤੀ ਤੇ ਅਸੀਂ ਬੈਠੇ ਆਂ ਪੰਜਾਬ ਦੇ ਵਿੱਚ ਤੇ ਸਿੱਖ ਕੌਮ ਜਿਉਂਦੀ ਆ ਕੋਨਾ ਚਿਰ ਤੱਕ ਕੋਈ ਅੱਖ ਚੱਕ ਕੇ ਦਿਖਾਵੇ ਕਿਸੇ ਹਿੰਦੂ ਵਾਲਾ ਅਸੀਂ ਉਹਨਾਂ ਦੀ ਅੱਖਾਂ ਨਹੀਂ ਕੱਢ ਕੇ ਰੱਖ ਦਾਂਗੇ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਜਾਣ ਬੁੱਝ ਕੇ ਤੁਸੀਂ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਜਿਹੜਾ ਧਾਰਮਿਕ ਤੌਰ ਤੇ ਪਵਾੜਾ ਖੜਾ ਕਰ ਰਹੇ ਹੋ ਤੁਸੀਂ ਪਰ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਸਾਡੇ ਹਿੰਦੂ ਵੀਰ ਨੇ ਉਹ ਤਾਂ ਸੰਘਰਸ਼ ਦੇ ਵਿੱਚ ਸਾਡੇ ਮੁੱਢੇ ਨਾਲ ਮੁੱਢੇ ਨਾਲ ਮੋਢਾ ਲਾਈ ਖੜੇ ਨੇ ਤੁਹਾਡੀ ਤਾਂ ਦੱਸੋ ਸਾਨੂੰ ਪੰਜਾਬ ਦੇ ਲਈ ਕੀ ਆ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਪੰਜਾਬ ਦਾ ਖਾਣੇ ਹੋ ਪੰਜਾਬ ਦਾ ਪੀਣੇ ਹੋ ਤੁਸੀਂ ਦੱਸੋ ਤੁਹਾਡੀ ਦੇਣ ਕੀ ਆ ਸ਼ਿਵਸੈਨ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਵਿੱਚ ਅੱਜ ਤੱਕ ਇਹਨਾਂ ਨੇ ਪੰਜਾਬ ਬੋਲੀ ਲਈ ਕੋਈ ਪੰਜਾਬ ਵੀ ਸੂਬੇ ਲਈ ਕੁਝ ਕੀਤਾ ਪੰਜਾਬ ਦੇ ਹੱਕਾਂ ਲਈ ਕੋਈ ਗੱਲ ਲੜਾਈ ਕੀਤੀ ਆ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਜਿੰਨੇ ਅੱਜ ਲੁੱਟੇ ਜਾ ਰਹੇ ਨੇ ਕਸੁੱਟੇ ਜਾ ਰਹੇ ਨੇ ਪੰਜਾਬ ਦੇ ਵਿੱਚ ਸਾਡੇ ਹਿੰਦੂ ਪਰਿਵਾਰਾਂ ਦੇ ਵੀ ਬਹੁਤ ਵੱਡੇ ਸ਼ੱਦਤ ਹੋਏ ਨੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਇੱਕ ਵੀ ਇੱਕ ਚੀਜ਼ ਇਹ ਕਰਕੇ ਦੱਸੇ ਸਰਕਾਰਾਂ ਵੱਲੋਂ ਅਜ ਤੱਕ ਜਿਹੜੇ ਹਿੰਦੂ ਪਰਿਵਾਰਾਂ ਨੂੰ ਵੀ ਤੰਗ ਕੀਤਾ ਗਿਆ ਜਾਂ ਸਿੱਖ ਪਰਿਵਾਰਾਂ ਨੂੰ ਵੀ ਤੰਗ ਕੀਤਾ ਕਿਸੇ ਇੱਕ ਦੀ ਇਹਨਾਂ ਨੇ ਬਾਤ ਪੁੱਛੀ ਹੋਵੇ ਇੱਕ ਵੀ ਦਲੀਲ ਦੇ ਕੇ ਦੱਸ ਦੇਣਾ ਮੈਨੂੰ ਇਹ ਨਾ ਤਾਂ ਪੰਜਾਬ ਦੀ ਕਿਸਾਨੀ ਲਈ ਤੁਹਾਡਾ ਕੋਈ ਯੋਗਦਾਨ ਹੈ ਨਾ ਪੰਜਾਬੀ ਭਾਸ਼ਾ ਲਈ ਕੋਈ ਤੁਹਾਡਾ ਯੋਗਦਾਨ ਹੈ ਨਾ ਤੁਹਾਡਾ ਪੰਜਾਬ ਦੇ ਕੋਈ ਹੋਰ ਜਿਹੜੇ ਹੱਕ ਨੇ ਉਹਨਾਂ ਲਈ ਵਿੱਚ ਤੁਹਾਡਾ ਕੋਈ ਯੋਗਦਾਨ ਹੈ ਜੇ ਤੁਸੀਂ ਗੱਲ ਕਰਦੇ ਹੋ ਦੇਸ਼ ਦੀ ਵੀ ਅਸੀਂ ਦੇਸ਼ ਭਗਤਾ ਤਾਂ ਫਿਰ ਮੈਨੂੰ ਐ ਦੱਸੋ ਤੁਹਾਡਾ ਭਾਰਤ ਦੇ ਦੇਸ਼ ਦੇ ਲਈ ਵਿੱਚ ਕੀ ਯੋਗਦਾਨ ਹੈ ਤੁਹਾਡਾ ਸਿਰਫ ਇੱਕ ਯੋਗਦਾਨ ਆ ਕਿ ਪੂਰੇ ਦੇਸ਼ ਦੇ ਵਿੱਚ ਬੰਡੋ ਤੇ ਰਾਜ ਕਰੋ ਤੇ ਲੋਕਾਂ ਨੂੰ ਧਾਰਮਿਕ ਤੌਰ ਤੇ ਆਪਸ ਵਿੱਚ ਲੜਾਓ ਇਹ ਚੀਜ਼ ਤੁਸੀਂ ਚੱਲ ਕੇ ਅੱਜ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੀ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਜਾਣ ਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ ਜਿਹੜੀ ਭਾਜਪਾ ਦੀ ਗਵਰਨਮੈਂਟ ਆ ਇਹ ਸਾਰੇ ਦੇ ਸਾਰੇ ਮਿਲਿਓਏ ਨੇ ਆਪਸ ਵਿੱਚ ਇਹਨਾਂ ਨੂੰ ਜਾਣ ਬੁੱਝ ਕੇ ਸ਼ਹਿਦ ਅੇਰੇ ਨੇ ਕਿ ਜਦੋਂ ਇਹੋ ਜਿਹੇ ਲੋਕ ਲਾਈਵ ਹੋ ਕੇ ਇਹੋ ਜਿਹੇ ਬਿਆਨ ਦਿੰਦੇ ਨੇ ਤਾਂ ਇਹਨਾਂ ਦੇ ਉੱਤੇ ਪਰਚਾ ਦਰਜ ਕਰਕੇ ਇਹਨਾਂ ਨੂੰ ਅੰਦਰ ਕਿਉਂ ਨਹੀਂ ਕੀਤਾ ਜਾਂਦਾ ਸੋ ਅੱਜ ਇਥੋਂ ਤੱਕ ਨੋਬਤ ਆ ਚੁੱਕੀ ਆ ਕਿ ਇਹ ਸਾਡੇ ਜਿਹੜੇ ਸ਼ਾਸਤਰ ਨੇ ਪ੍ਰਾਤਨ ਸਿੰਘ ਸਾਡੇ ਨਿਹੰਗ ਸਿੰਘ ਜੱਥੇਬੰਦੀਆਂ ਨੇ ਲਈ ਫਿਰ ਨੇ குரு ਮਹਾਰਾ ਦੇ ਸ਼ਾਸਤਰ ਨੇ ਜਿਹੜੇ ਨਿਹੰਗ ਜੱਥੇਬੰਦੀਆਂ ਨੇ ਧਾਰਨ ਕੀਤੇ ਹੋ ਨੇ ਅੱਜ ਇਹ ਕਹਿੰਦੀ ਅਸੀਂ ਉਹਨਾਂ ਤੇ ਪਵੰਦੀਆਂ ਲਵਾਵਾਂਗੇ ਲਵਾਓ ਪਵੰਦੀਆਂ ਅਜੋ ਅਸੀਂ ਦੇ ਦਿਆ ਕਿ ਜਿਹੜੀ ਸਰਕਾਰ ਪਵੰਦੀ ਲਾਉਂਦੀ ਆ ਉਹ ਤੁਹਾਡੇ ਚ ਜਿਰਤਾ ਸੋ ਇਹ ਜਿਹੜੀ ਸਾਰਾ ਕੁਝ ਹੋ ਰਿਹਾ ਇਹਦੇ ਸਾਰੇ ਲਈ ਆਪਾਂ ਨੂੰ ਜ਼ਿੰਮੇਵਾਰ ਆਪਾਂ ਨੂੰ ਜ਼ਿੰਮੇਵਾਰ ਜਿਹੜੇ ਆਪਾਂ ਪੰਜਾਬ ਦੇ ਵਿੱਚ ਆਪਾਂ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਲਈ ਜ਼ਿੰਮੇਵਾਰ ਆ ਕਿਉਂਕਿ ਆਪਾਂ ਵੀ ਅੱਜ ਤੱਕ ਇਹੋ ਜਿਹੇ ਲੋਕਾਂ ਇਹੋ ਜੀਆਂ ਸਰਕਾਰਾਂ ਨੂੰ ਜਿਹੜਾ ਚੁਣ ਕੇ ਬਾਰ ਬਾਰ ਲੈ ਕੇ ਆਉਂਦੇ ਰਹੇ ਆ ਤਾਂ ਜੋ ਪੰਜਾਬ ਦੀ ਜਿਹੜੀ ਅੱਜ ਆਰਥਿਕ ਹਾਲ ਦੇਖ ਲਓ ਪੰਜਾਬ ਦਾ ਕੀ ਹੋ ਚੁੱਕਿਆ ਕੋਈ ਇਹਨਾਂ ਨੇ ਕੋਈ ਆਰਥਿਕ ਹਾਲਤ ਵਿੱਚ ਪੰਜਾਬ ਦੇ ਵਿੱਚ ਕੋਈ ਇਹਨਾਂ ਦਾ ਸਹਿਯੋਗ ਹੈ ਪਿੱਛੇ ਕਰੋਨਾ ਵਾਇਰਸ ਐਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਦੇ ਵਿੱਚ ਲੋਕਾਂ ਦੇ ਅੰਦਰ ਘਰਾਂ ਦੇ ਵਿੱਚ ਰਹੇ ਨੇ ਮਜ਼ਦੂਰ ਸਾਡੇ ਭੁੱਖੇ ਤੇ ਆਏ ਰਹੇ ਨੇ ਕਿਸੇ ਕਿਤੇ ਨਕਲੀ ਸ਼ਿਵ ਸੈਨੀਆਂ ਕੋਈ ਪਹੁੰਚਿਆ ਕਿਸੇ ਲਈ ਸੋ ਬਿਲਕੁਲ ਅਕਾਲੀ ਦਲ ਬਾਦਲ ਕਾਂਗਰਸ ਆਮ ਆਦਮੀ ਪਾਰਟੀ ਬੀਜੇਪੀ ਜਿੰਨੀਆਂ ਐ ਪਾਰਟੀਆਂ ਨੇ ਸਾਰੀਆਂ ਰਲੀਆਂ ਹੋਈਆਂ ਨੇ ਬੀਜੇਪੀ ਦਾ ਅੰਗ ਨੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋ ਤਾਂ ਸ਼ ਅਮਿਤ ਸ਼ਾਹ ਦਾ ਮੁੱਖ ਮੰਤਰੀ ਹੈ ਉਹ ਚਲਾਈ ਉਹਨੂੰ ਅਮਿਤ ਸ਼ਾਹ ਰਿਹਾ ਪੰਜਾਬ ਦੇ ਵਿੱਚ ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਮੈਂ ਲਾਈਵ ਹੋਣ ਦਾ ਮੇਰਾ ਇੱਕ ਮਕਸਦ ਸੀਗਾ ਮੈਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੂਚਿਤ ਕਰਨਾ ਚਾਹਣਾ ਇਹ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦੇ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਤਾਂ ਜੋ ਪੰਜਾਬ ਦੇ ਵਿੱਚ ਇਹੋ ਜੀ ਕੋਈ ਕਾਰਵਾਈ ਕਰੇ ਤਾਂ ਆਪਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਪੈਣੀ ਆ ਆਪਾਂ ਨੇ ਕੋਈ ਵੀ ਕਿਸੇ ਨੇ ਵੀ ਉਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਸੰਵਿਧਾਨ ਜਾਂ ਕਾਨੂੰਨ ਦੇ ਦਾਇਰੇ ਚ ਬਾਹਰ ਹੋਵੇ ਸੰਵਿਧਾਨ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿਣਾ ਇਹੋ ਜਿਹੇ ਜਿਹੜੇ ਟੁੱੱਚੀ 2 ਟਕੇ ਦੇ ਜਿਹੜੇ ਬੰਦੇ ਨੇ ਇਹੋ ਜਿਹੇ ਲਾਈਵ ਹੋ ਕੇ ਗੱਲਾਂ ਕਰਦੇ ਨੇ ਇਹਨਾਂ ਦੇ ਵੱਲ ਧਿਆਨ ਨਹੀਂ ਦੇਣਾ ਤੇ ਖਾਸ ਕਰਕੇ ਮੀਡੀਆ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਇਹਨਾਂ ਦੇ ਇੰਟਰਵਿਊ ਲੈਣ ਕਿਉਂ ਜਾਂਦੇ ਹੋ ਤੁਸੀਂ ਇਹਨਾਂ ਦੀ ਕੋਈ ਯੋਗਦਾਨਾ ਪੰਜਾਬ ਦੇ ਵਿੱਚ ਇਹਨਾਂ ਨੇ ਕੋਈ ਚਾਈਨਾ ਦੇ ਬਾਰਡਰ ਤੇ ਸ਼ਹਾਤ ਦੇਤੀਆਂ ਇਹਨਾਂ ਨੇ ਕੁਝ ਇਹਨਾਂ ਦਾ ਹੈ ਕਿ ਜਿਹੜਾ ਤੁਸੀਂ ਸਾਡੇ মিডিਆ ਵਾਲੇ ਵੀ ਆਪਣੀ ਟੀਆਰਪੀ ਲੈਣ ਦੇ ਲਈ ਚੈਨਲਾਂ ਲਈ ਇਹਨਾਂ ਦੇ ਜਾ ਕੇ ਉੱਥੇ ਲਾਈਵ ਹੋਣ ਲੱਗ ਜਾਂਦੇ ਨੇ ਇਹਨਾਂ ਦੇ ਇੰਟਰਵਿਊ ਲੈਂਦੇ ਨੇ ਇਹਨਾਂ ਦਾ ਪ੍ਰੈਸ ਕਾਨਫਰੰਸ ਨਹੀਂ ਕਰਨੀ ਚਾਹੀਦੀ ਇਹੋ ਜਿਹੇ ਲੋਕਾਂ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਬਿਲਕੁਲ ਮੈਂ মিডিਆ ਵਾਲਿਆਂ ਨੂੰ ਮੈਂ ਲਾਈਵ ਹੋ ਕੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਹੋ ਕਿਉਂਕਿ মিডিਆ ਵਾਲਿਆਂ ਦਾ ਇੱਕ ਵੱਡਾ ਯੋਗਦਾਨ ਹੁੰਦਾ ਪਰ ਇਹੋ ਜਿਹੇ ਜਿਹੜੇ ਲੋਕ ਅੱਗ ਲਾਉਣ ਦਾ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਬਿਲਕੁਲ ਵੀ ਪ੍ਰੈਸ ਕਾਨਫਰੰਸਾਂ ਨਾ ਕੀਤੀਆਂ ਜਾਣ ਨਹੀਂ ਤਾਂ ਸਾਡਾ ਜਿਹੜਾ ਪੰਜਾਬ ਦਾ ਈ ਮੌਲ ਖਰਾਬ ਕਰ ਦੇਣਗੇ ਲੋਕ ਕੋਈ ਵੀ ਹਿੰਦੂ ਵੀਰ ਖੜਾ ਹੋ ਕੇ ਦੱਸ ਦਵੇ ਪੰਜਾਬ ਦੇ ਵਿੱਚ ਯਾਰ ਪਹਿਲੇ ਪਾਸ਼ਾਹੀ ਤੋਂ ਲੈ ਕੇ 2021 ਚੱਲ ਗਿਆ ਅੱਜ ਤੱਕ ਕਿਸੇ ਵੀ ਹਿੰਦੂ ਵੀਰ ਤੇ ਅੱਜ ਤੱਕ ਕਿਸੇ ਸਿੱਖ ਨੇ ਕੋਈ ਇਹੋ ਜਿਹਾ ਗੱਲ ਕੀਤੀ ਹੋਵੇ ਜਾਂ ਕੋਈ ਮੰਦਰ ਤੇ ਕੋਈ ਗੱਲ ਕੀਤੀ ਹੋਵੇ ਟਿੱਪਣੀ ਕੀਤੀ ਹੋਵੇ ਜਾਂ ਕੋਈ ਸੀ ਕਿਸੇ ਚੀਜ਼ ਦੇ ਵਿਰੋਧ ਦੇ ਵਿੱਚ ਹੋਵੇ ਕੋਈ ਸਿੱਖ ਬਿਲਕੁਲ ਕੋਈ ਮਸਲਾ ਤਾਂ ਹੈ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਹਿੰਦੂ ਸਿੱਖ ਵਾਲਾ ਬਿਲਕੁਲ ਕਿਸੇ ਵੀ ਨਹੀਂ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਸੱਚਾ ਹਿੰਦੂ ਆ ਤਾਂ ਬਿਲਕੁਲ ਸਾਡੇ ਨਾਲ ਆ ਸਾਰੇ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾਈ ਖੜੇ ਨੇ ਹਿੰਦੂ ਵੀਰ ਤਾਂ ਉੱਥੇ ਸ਼ਿੰਗ ਮੋਰਚੇ ਦੇ ਵਿੱਚ ਸੇਵਾ ਕਰ ਰਹੇ ਨੇ ਉਹ ਰਾਜ ਜਿਹੜੇ ਸਾਡੇ ਦੁਕਾਨਦਾਰ ਜਿੰਨੇ ਦੁਕਾਨਦਾਰ ਵੀ ਨੇ ਸਾਰੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਅੱਧ ਜਿਹੜੇ ਦੁਕਾਨਦਾਰ ਨੇ ਉਹ ਸਾਰੇ ਹਿੰਦੂ ਨੇ ਉਹਨਾਂ ਨੂੰ ਵੀ ਪਤਾ ਵੀ ਜਿਹੜੇ ਕਾਲੇ ਤਿੰਨ ਕਾਨੂੰਨ ਨੇ ਸਾਡੇ ਤੇ ਥੋਪੇ ਗਏ ਨੇ ਸਾਡਾ ਜਿਹੜਾ ਦੁਕਾਨਦਾਰਾਂ ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ ਨੇ ਸਾਡੇ ਮਜ਼ਦੂਰ ਵੀਰ ਨੇ ਉਹਨਾਂ ਨੂੰ ਵੀ ਪਤਾ ਵੀ ਸਾਡੇ ਜਿਹੜਾ ਜੇ ਕਾਲੇ ਕਾਨੂੰਨ ਨੇ ਜਿਹੜੇ ਸਾਡੇ ਤੇ ਥੋਪੇ ਗਏ ਤਾਂ ਇਹ ਸਾਡਾ ਜਿਹੜਾ ਸਾਰਾ ਲੱਕ ਟੁੱਟ ਜਾਣਾ ਸਾਡੇ ਤਾਂ ਆਰਥਿਕ ਤੌਰ ਤੇ ਕੀ ਸਾਰੇ ਦੇ ਸਾਰੇ ਵਰਗ ਤਾਂ ਅੱਜ ਦੁਖੀ ਨੇ ਇਸ ਕਾਲੇ ਤਿੰਨ ਕਾਨੂੰਨਾਂ ਤੇ ਕਿ ਸਾਨੂੰ ਇੱਕ ਦੂਜੇ ਨਾਲ ਮੋਟਾ ਨਾਲ ਮੋਟਾ ਲਾ ਕੇ ਚੱਲਣਾ ਚਾਹੀਦਾ ਪਰ ਇਹ ਨਕਲੀ ਸ਼ਿਵ ਸੈਨੀਆਂ ਬੀਜੇਪੀ ਵਾਲਿਆਂ ਨਾਲ ਰਲ ਕੇ ਪੰਜਾਬ ਦੇ ਵਿੱਚ ਕੋਈ ਹੋਰੇ ਖਿਚੜੀ ਪਕਾ ਰਹੇ ਨੇ ਉਹ ਜੇ ਤੁਹਾਨੂੰ ਪੰਜਾਬ ਦੇ ਨਾਲ ਦਰਦ ਆ ਉੱਥੇ ਜਾ ਕੇ ਮੋਦੀ ਦੇ ਅੱਗੇ ਜਾ ਕੇ ਨਾ ਪਾਰਲੀਮੈਂਟ ਦੇ ਅੱਗੇ ਜਾ ਕੇ ਬਹਿ ਜਾਓ ਸ਼ਿਵ ਸੈਨ ਆਲਿਓ ਤੁਹਾਨੂੰ ਮਾੜੀ ਮੋਟੀ ਸ਼ਰਮ ਆਵੇ ਤੁਸੀਂ ਮਾੜਾ ਮੋਟਾ ਕੁਝ ਕਰ ਲਓ ਪੰਜਾਬ ਦੇ ਲਈ ਉੱਥੇ ਜਾ ਕੇ ਆਪਣਾ ਕੋਈ ਜਾ ਕੇ ਉੱਥੇ ਭੁੱਖ ਹੜਤਾਲ ਕਰਕੇ ਬਹਿ ਜਾਓ ਕਮ ਸੇ ਕਮ ਪੰਜਾਬ ਦੇ ਲੋਕਾਂ ਨੂੰ ਤਾਂ ਮਾੜਾ ਮੋਟਾ ਕੋਈ ਸੋਖਾਊਗਾ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਬਿਲਕੁਲ ਮੀਡੀਆ ਵਾਲਿਆਂ ਨੂੰ ਵੀ ਇਹਨਾਂ ਦਾ ਵੀ ਕੋਈ ਵੀ ਕੋਈ ਵੀ ਇਹੋ ਜੀ ਗੱਲ ਬਿਲਕੁਲ ਵੀਰ ਸਿਕਿਉਰਟੀਆਂ ਵਾਪਸ ਲੈਣੀਆਂ ਚਾਹੀਦੀਆਂ ਨੇ ਇਹਨਾਂ ਤੋਂ ਇਹਨਾਂ ਤੋਂ ਇਹਨਾਂ ਨੂੰ ਕੋਈ ਕੁਝ ਕਹਿੰਦੇ ਹੀ ਨਹੀਂ ਯਾਰ ਪੰਜਾਬ ਦੇ ਵਿੱਚ ਇਹਨਾਂ ਨੂੰ ਕਹਿ ਕੇ ਕੀ ਕਰਨਾ ਕਿਸੇ ਨੇ ਕੁਝ ਇਹਨਾਂ ਤੋਂ ਇਹਨਾਂ ਦਾ ਯੋਗਦਾਨ ਕੀ ਆ ਕੀ ਪੰਜਾਬ ਦੇ ਵਿੱਚ ਇਹਨਾਂ ਨੂੰ ਖਤਰਾ ਕਿਸ ਗੱਲ ਦਾ ਕੋਈ ਖਤਰਾ ਨਹੀਂ ਆਪ ਵੀ ਨਕਲੀ ਆਪਣੇ ਤੇ ਨਕਲੀ ਹਮਲੇ ਕਰਾਉਂਦੇ ਨੇ ਆਪਣੇ ਆਪ ਆ ਹੁਣ ਅੱਜ ਖੰਨੇ ਦੇ ਸਤਕਾਰਯੋਗ ਐਸਐਸਪੀ ਸਾਹਿਬ ਨੇ ਬੜੀ ਵਧੀਆ ਜਿਹੜੀ ਗੁੱਥੀ ਸੀ ਲਝਾਈ ਹੈ ਉਹਨਾਂ ਨੇ ਤੇ ਪਤਾ ਲੱਗ ਗਿਆ ਕਿ ਇਹਨਾਂ ਨੇ ਆਪ ਪਹਿਲਾਂ ਵੀ ਇਦੋਂ ਪਹਿਲਾਂ ਇਹਨਾਂ ਨੇ ਜਿਹੜੇ ਹਮਲੇ ਕੀਤੇ ਨੇ ਮੈਂ ਤਾਂ ਕਹਣਾ ਇਹਨਾਂ ਨੂੰ ਰਿਮਾਂਡ ਤੇ ਲੈਣਾ ਚਾਹੀਦਾ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਤਿਆਮਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਹ ਵੀ ਇਹਨਾਂ ਨੇ ਕੀਤੀਆਂ ਹੋ ਸਕਦੀਆਂ ਨੇ ਸਿਕਿਉਰਟੀਆਂ ਲਈ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛ-ਕੁੱਛ ਕੀਤੀ ਜਾਣੀ ਚਾਹੀਦੀ ਆ ਕਿ ਇਹ ਬਦਨਾਮ ਦੂਸਰਿਆਂ ਨੂੰ ਕਰ ਰਹੇ ਨੇ ਕਿ ਇਹ ਸਾਰਾ ਜਿਹੜਾ ਸਾਰਾ ਕੁਝ ਆ ਇਹ ਇਸ ਆਪ ਕਰ ਰਹੇ ਨੇ ਪੰਜਾਬ ਦੇ ਵਿੱਚ ਸੋ ਇਹਨਾਂ ਨੂੰ ਰਿਮਾਂਡ ਤੇ ਲਵੇ ਅਸੀਂ ਕੈਪਟਨ ਸਾਹਿਬ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਜੋ ਵੀ ਪੰਜਾਬ ਦੇ ਪਿੱਛੇ ਪਿਛਲੇ ਸਮੇਂ 'ਚ ਵੀ ਵਾਰਦਾਤਾਂ ਹੋਈਆਂ ਨੇ ਉਹ ਕਿਹਨਾਂ ਨੇ ਕੀਤੀਆਂ ਨੇ ਤੇ ਕੌਣ ਸੀ ਲੋਕ ਸਾਰੀ ਗੁੱਥੀ ਸੁਲਝ ਜਾਣੀਆਂ ਜਿਵੇਂ ਅਖੰਨੇ ਸੁਲਝੀ ਹੈ ਨਾ ਉਹ ਕੱਲੀ-ਕੱਲੀ ਗੱਲ ਦੱਸਦਾ ਕਿ ਮੈਂ ਆਪਣੇ ਤੇ ਆਪ ਹਮਲਾ ਕਰਵਾਇਆ ਸੀਗਾ ਸਿਕਿਉਰਿਟੀ ਲੈਣ ਲਈ ਇਹ ਤਾਂ ਤੁਹਾਡੇ ਹਾਲ ਨੇ ਕਿ ਪੰਜਾਬ ਦੇ ਵਿੱਚ ਸਿਕਿਉਰਿਟੀ ਲੈਣ ਲਈ ਤੁਸੀਂ ਜੇਲ੍ਹ 'ਚ ਚਲੇ ਜਾਓ ਯਾਰ ਤੁਸੀਂ ਜੇਲ੍ਹ 'ਚ ਜਾ ਕੇ ਇਹਨਾਂ ਨੂੰ ਬਿਠਾ ਦਿਓ ਸਾਰਿਆਂ ਨੂੰ ਇਕੱਠੇ ਕਰ ਦਿਓ ਜੇਲ੍ਹ ਦੇ ਵਿੱਚ ਉੱਥੇ ਨੂੰ ਚੰਗੀਓ ਸਿਕਿਉਰਿਟੀ ਦੇ ਦਿਓ ਇੱਕ ਸੈੱਲ ਦੇ ਵਿੱਚ ਬੰਦ ਕਰ ਦਿਓ ਜੀ ਇਹਨਾਂ ਨੂੰ ਇੰਨੇ ਹੀ ਖਤਰਾ ਕਿਸੇ ਚੀਜ਼ ਤੋਂ ਇਹਨਾਂ ਨੂੰ ਕਿਸੇ ਤੋਂ ਖਤਰਾ ਨਹੀਂ ਨਾ ਇਹਨਾਂ ਤੋਂ ਲੋਕਾਂ ਨੇ ਲੈਣਾ ਕੁਛ ਸਾਡੇ ਕੋਲੋਂ ਕਿਸੇ ਨੇ ਕੀ ਲੈਣਾ ਇਹਨਾਂ ਤੋਂ ਪੰਜਾਬ ਦੇ ਵਿੱਚ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਜਾਂ ਕੁਝ ਚੈਨਲ ਨੇ ਇਹੋ ਜਿਹੇ ਜਿਹੜੇ ਇਹਨਾਂ ਦੇ ਆਪਣੇ ਚੈਨਲ ਨੇ ਬਣਾਏ ਹੋਏ ਸੋ ਉਹ ਚੀਜ਼ਾਂ ਕਰਨ ਦੇ ਲਈਏ ਟੀਆਰਪੀ ਲੈਣ ਲਈ ਫੇਮਸ ਹੋਣ ਦੇ ਲਈ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈਏ ਕੁਝ ਕਰਦੇ ਨੇ ਸੋ ਨੌਜਵਾਨਾਂ ਨੂੰ ਮੇਰਾ ਲਾਈਵ ਹੋਣ ਦਾ ਇੱਕੋ ਮਕਸਦ ਸੀਗਾ ਕਿ ਇੱਕ ਜਿਹੜੀ ਇਹਨਾਂ ਨੇ ਸਾਡੇ ਸਤਕਾਰਯੋਗ ਨਿਹੰਗ ਜਥੇਬੰਦੀਆਂ ਦੇ ਜਿਹੜੇ ਸ਼ਾਸਤਰ ਨੇ ਜਿਨ੍ਹਾਂ ਨੇ ਦਿੱਲੀ ਵੀ ਸਾਡੇ ਤੇ ਇਥੇ ਹਮਲਾ ਕੀਤਾ ਦੀ ਗੁੰਡਿਆਂ ਨੇ RSSP BJP ਦੇ ਆਨੇ ਜਦੋਂ ਸੰਘੂ ਬਾਰਡਰ ਤੇ 26 ਵਾਲੀ ਘਟਨਾ ਤੋਂ ਬਾਅਦ ਉੱਥੇ ਦਿੱਲੀ ਹਮਲਾ ਹੋਇਆ ਦੀ ਉੱਥੇ ਵੀ ਸਾਡੇ ਲਈ ਡਟ ਕੇ ਖੜੇ ਸੀ ਕਿਤੇ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਧਰਮ ਤੋਂ ਧਰਮ ਤੋਂ ਉੱਪਰ ਉੱਠ ਕੇ ਕਿਤੇ ਵੀ ਪੰਜਾਬ ਦੇ ਵਿੱਚ ਕੁਝ ਹੁੰਦਾ ਤਾਂ ਉੱਥੇ ਸਾਡੀਆਂ ਨਹਿਂਗ ਜੱਥੇਬੰਦੀਆਂ ਖੜ ਜਾਂਦੀਆਂ ਨੇ ਪਹਾੜ ਬਣ ਕੇ ਸੋ ਤੇ ਇਹਨਾਂ ਨੇ ਕਿੰਤੂ ਪ੍ਰਾਂਤੂ ਕੀਤਾ ਸੀਗਾ ਸ਼ਾਸਤਰਾਂ ਤੇ ਸੋ ਉਹਨਾਂ ਦੇ ਸ਼ਾਸਤਰ ਨੇ ਉਹਨਾਂ ਤੇ ਨਾ ਅਜੇ ਤੱਕ ਕੋਈ ਸਰਕਾਰਾਂ ਪਾਬੰਦੀਆਂ ਲਾ ਸਕੀਆਂ ਨੇ ਨਾ ਅਬਦਾਲੀ ਲਾ ਸਕਿਆ ਅਬਦਾਲੀ ਤੋਂ ਬਾਅਦ ਇੱਥੇ ਗੂਰੇ ਵੀ ਆਏ ਨੇ ਉਹ ਵੀ ਨਹੀਂ ਲਾ ਸਕੇ ਉਸ ਤੋਂ ਬਾਅਦ ਇੱਥੇ ਵੱਡੇ ਵੱਡੇ ਰਾਜੇ ਆ ਕੇ ਚਲੇ ਗਏ ਨੇ ਤੇ ਨਿਹੰਗ ਜੱਥੇਬੰਦੀਆਂ ਦੇ ਜਿਹੜੇ ਸ਼ਾਸਤਰ ਨੇ ਪ੍ਰਾਤਨ ਜਿਹੜੇ ਉਹਨਾਂ ਦੇ ਕੋਲ ਨੇ ਗੁਰੂ ਮਹਾਰਾਜ ਨੇ ਵਾਪਸੇ ਨੇ ਉਹ ਉਹਨਾਂ ਦੇ ਕੋਲ ਉਦਾਂ ਹੀ ਹੈਗੇ ਨੇ ਤੇ ਉਦਾਂ ਹੀ ਰਹਿਣਗੇ ਜੇ ਸਰਕਾਰ ਇਹੋ ਜਿਹੇ ਲੋਕਾਂ ਦੇ ਮਗਰ ਲਾ ਕੇ ਕੋਈ ਇਹੋ ਜਿਹਾ ਹੁਕਮ ਸੁਣਾਉਂਦੀ ਆ ਤਾਂ ਅਸੀਂ ਵਿਰੋਧ ਕਰਾਂਗੇ ਤੇ ਇਹ ਮੇਰੀਆਂ ਬੇਨਤੀਆਂ ਸੀ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਫੇਰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਆਪਾਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਰਹਿ ਰਹੇ ਆ ਸੋ ਉਸ ਤਰੀਕੇ ਦੇ ਨਾਲ ਹੀ ਆਪਾਂ ਰਹਿ ਕੇ ਜਿਹੜਾ ਆਪਣਾ ਸੰਘਰਸ਼ ਆ ਸ਼ਾਂਤਮਈ ਨੇ ਉਹ ਆਪਾਂ ਨੇ ਅੱਗੇ ਲੈ ਕੇ ਜਾਣਾ ਇਹੋ ਜਿਹੇ ਲੋਕਾਂ ਦਾ ਆਪਾਂ ਨੇ ਕੋਈ ਬੜਾ ਧਿਆਨ ਦੇਣ ਦੀ ਲੋੜ ਨਹੀਂ ਤੇ ਚੈਨਲ ਵਾਲਿਆਂ ਨੂੰ ਇੱਕ ਵਾਰੀ ਫੇਰ ਮੈਂ ਅੰਤ ਤੇ ਬੇਨਤੀ ਕਰਦਾ ਇਹੋ ਜਿਹੇ ਲੋਕਾਂ ਦੀ ਕਵਰੇਜ ਨਾ ਕੀਤੀ ਜਾਵੇ ਜਿਹੜੇ ਲੋਕ ਪੰਜਾਬ ਦੇ ਵਿੱਚ ਅੱਗ ਲਾਉਣ ਦਾ ਕੰਮ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਸ ਨੌਜਵਾਨ ਦੀ ਵੀਡੀਓ ਤੋਂ ਬਾਅਦ ਹੁਣ ਤੁਹਾਨੂੰ ਲੈ ਚੱਲਦੇ ਆਂ ਦੀਪ ਸਿੱਧੂ ਅਤੇ ਲਖਸਧਾਨਾ ਦੇ ਖਮਾਇਤੀ ਦੀ ਵੀਡੀਓ ਵੱਲ ਜਿਨ੍ਹਾਂ ਨੇ ਕਿ ਆਪਣੀ ਵੀਡੀਓ ਦੇ ਵਿੱਚ ਕੁਝ ਖਾਸ ਗੱਲਾਂ ਬਾਤਾਂ ਕੀਤੀਆਂ ਨੇ ਤੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਵੀ ਦੀਪ ਸਿੱਧੂ ਅਤੇ ਲਖਸਧਾਨਾ ਦੇ ਹੱਕ ਦੇ ਵਿੱਚੋਂ ਤਾਂ ਦੀਪ ਸਿੱਧੂ ਅਤੇ ਲਖਸਧਾਨਾ ਦੇ ਹੱਕ ਦੇ ਵਿੱਚ ਇੱਕ ਜੋ ਹੈਸ਼ਟੈਗ ਦੀ ਮੁਹਿੰਮ ਚੱਲ ਰਹੀ ਹੈ ਜਨਨ ਕਿ #FreeDeepSidhu ਤੇ #WeSupportL ਜਾਦੇ ਕਮੈਂਟ ਵੀਡੀਓ ਦੇ ਥੱਲੇ ਕਰਕੇ ਤੁਸੀਂ ਵੀ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਸਕਦੇ ਹੋ ਤੇ ਜਿਵੇਂ ਸਾਰੇ ਦੋਸਤ ਜਾਣਦੇ ਨੇ ਅੱਜ 2 April ਐ ਤੇ ਦੀਪ ਸਿੱਧੂ ਦਾ ਜਨਮ ਦਿਨ ਐ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੀਪ ਸਿੱਧੂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਜ਼ਰੂਰ ਦੇ ਕੇ ਜਾਣਾ ਤੇ ਹੁਣ ਤੁਸੀਂ ਝਲਕ ਮਾਰੋ ਇਸ ਵੀਡੀਓ ਤੇ ਜਿਸ ਤੋਂ ਬਾਅਦ ਇੱਕ ਵੱਡਾ ਖੁਲਾਸਾ ਇੱਕ ਵੱਡਾ ਅਪਡੇਟ ਲੱਖਾ ਸਿਧਾਣਾ ਬਾਰੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਇਸ ਲਈ ਲਗਾਤਾਰ ਵੀਡੀਓ ਨਾਲ ਬਨੇ ਰਹਿਣਾ ਅੱਜ ਦੀ ਲਾਈਵ ਅੱਜ ਦੀ ਲਾਈਵ ਵਿਸ਼ੇਸ਼ ਆ ਸਭ ਤੋਂ ਪਹਿਲਾਂ ਤਾਂ ਦੀਪ ਸਿੱਧੂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹ ਬੰਦੇ ਨੇ ਜੇਲ ਕੱਟੀ ਆ ਅੰਦੋਲਨਕਾਰੀਆਂ ਦੇ ਵਿੱਚ ਜਿਹੜੇ ਮੁਖੀ ਸੀ ਉਹਨਾਂ ਦੇ ਵਿੱਚੋਂ ਪਹਿਲਾ ਜਿੰਨੇ ਜੇਲ ਕੱਟੀ ਆ ਨਾ ਤਾਂ ਕੋਈ ਲੀਡਰ ਜੇਲ ਗਿਆ ਨਾ ਕੋਈ ਲੀਡਰਾਂ ਦੇ ਗਾਂ ਲਾਏ ਹੋਏ ਪ੍ਰਧਾਨ ਹੀ ਜੇਲ ਗਏ ਨੇ ਜੇਲ ਇਹਨੂੰ ਜਾਣਾ ਪੈ ਗਿਆ ਕਿਉਂਕਿ ਤੇ ਤੇ ਇਨਾਮ ਰੱਖ ਦਿੱਤਾ ਲੱਖਾਂ ਸਦਾਨਾ ਹੱਲੇ ਫਰਾਰ ਆ ਲੱਖੇ ਸੁਧਾਨੇ ਨੂੰ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨ ਲਈ ਰਾਹ ਖੋਲ ਦਿੱਤੇ ਨੇ ਗਏ ਨੇ ਕਿ ਭਈ ਤੂੰ ਆ ਜਾ ਤੇ ਬਹੁਤ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਹੱਕ 'ਚ ਨੇ ਕਿ ਲੱਖਾ ਸੁਧਾਨਾ ਜਾਣਾ ਚਾਹੀਦਾ ਉਹਨੂੰ ਕਈ ਲੋਕ ਵਿਰੋਧ ਵੀ ਕਰਦੇ ਪਏ ਨੇ ਕਈਆਂ ਨੇ ਲੱਖੇ ਸੁਧਾਨੇ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਤੇ ਮੈਂ ਇੱਕ ਗੱਲ ਕਹੂੰਗਾ ਦੋਸਤੋ ਗੱਲ ਜ਼ਬਾਨ ਦੇ ਵਿੱਚੋਂ ਤੇ ਤੀਰ ਕਮਾਨ ਦੇ ਵਿੱਚੋਂ ਨਿਕਲੇ ਵਾਪਸ ਨਹੀਂ ਮੁੜਦੇ ਜੇ ਤੁਸੀਂ ਫੇਕ ਆਈਡੀਆ ਤੋਂ ਇਲਜ਼ਾਮ ਲਾਉਂਦੇ ਜੇ ਤੇ ਉਹਦਾ ਇੱਕ ਚਵਾਨੀ ਦਾ ਵੀ ਅਸਰ ਨਹੀਂ ਜੇ ਤੁਸੀਂ オリジナル ਤੋਂ ਲਾਉਂਦੇ ਜੇ ਤੇ ਤੁਹਾਨੂੰ ਸਬੂਤ ਦੇਣੇ ਪੈਣਗੇ ਇਹ ਦੋ ਗੱਲਾਂ ਨੇ ਲੱਖੇ ਸੁਧਾਨੇ ਦੀ ਸਪੋਰਟ ਮੈਂ ਵੀ ਕਰਦਾ ਮੈਨੂੰ ਕਿਸੇ ਨੇ ਪੁੱਛਿਆ ਤੁਸੀਂ ਕੀ ਮਹਿਸੂਸ ਕਰਦੇ ਨੇ ਮੈਂ ਕਿਹਾ ਵੀ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਲੱਖਾ ਸੁਧਾਨਾ ਮੋਰਚੇ ਦੇ ਵਿੱਚ ਜਾਏਗਾ ਕਿਸਾਨ ਆਗੂਆਂ ਨੇ ਉਹਨੂੰ ਕਿਉਂ ਲਿਆ ਇਹ ਬਾਅਦ ਦੀਆਂ ਗੱਲਾਂ ਨੇ ਉਹਦੇ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਹੋਣ ਕੀ ਡਿਆਵਾ ਉਹਦੀ ਜਿਹੜੀ ਜਾਣਕਾਰੀ ਆ ਉਹ ਲੋਕਾਂ ਤੱਕ ਮੈਨੂੰ ਸਾਂਝੀ ਕਰਨੀ ਪਈ। ਕੁਝ ਲੋਕ ਜਿਹੜੇ ਮੈਨੂੰ ਗਾਲ੍ਹਾਂ ਕੱਢਣ ਲਈ ਕਾਲੇ ਸੀਗੇ ਉਹਨਾਂ ਦਾ ਉਹਨਾਂ ਦਾ ਜਵਾਬ ਦੇਣ ਵਾਸਤੇ ਮੈਂ ਦਿੱਲੀੋਂ ਫੋਟਵਾ ਮੰਗਵਾਉਣੀਆਂ ਸ਼ੁਰੂ ਕੀਤੀਆਂ ਪੰਡਾਲ ਦੀਆਂ ਉੱਥੋਂ ਦੇ ਲੋਕਾਂ ਦੀਆਂ ਜਿਹੜੇ ਮੈਨੂੰ ਕਹਿੰਦੇ ਸੀ ਨਾ ਤੂੰ ਅੰਦੋਲਨ ਨੂੰ ਵਿਗਾੜ ਪਾ ਰਿਹਾ ਵਾ। ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਸੀਗੀ ਕਿ ਜੇ ਅਸੀਂ ਸੱਚ ਬਿਆਨ ਕਰਦੇ ਹਾਂ ਅਸੀਂ ਘਟਿਆ ਤੇ ਜੇ ਅਸੀਂ ਝੂਠ ਬੋਲਦੇ ਆ ਤੇ ਅਸੀਂ ਵਧੀਆ ਮੈਂ ਕਹਾਂ ਮੋਰਚਾ ਬੜੀ ਚੜਦੀ ਕਲਾ ਚ ਆ ਵੇਖੋ ਜੀ ਕਿੰਨੀ ਜਨਤਾ 14 ਕਿਲੋਮੀਟਰ ਤੱਕ ਟਰੈਕਟਰ ਲੱਗੇ ਹੋਏ ਨੇ ਟਰਾਲੀਆਂ ਲੱਗੀਆਂ ਹੋਈਆਂ ਨੇ ਛੰਨਾ ਪਈਆਂ ਹੋਈਆਂ ਨੇ 14 ਕਿਲੋਮੀਟਰ ਬਾਅਦ ਚੋ ਮੈਂ ਸੋਚਾਂ ਕਿ 14 ਕਿਲੋਮੀਟਰ ਖੱਬੇ ਵੀ 14 ਕਿਲੋਮੀਟਰ ਸੱਜੇ ਵੀ 14000 ਮੀਟਰ ਦਾ ਏਰੀਆ ਜਿਹੜਾ ਦੇ ਵਿੱਚ ਜਿਹਦੀ ਚੜਾਈ 1 ਬਨ 30 ਫੁੱਟ ਆ ਦੂਸਰੇ ਬੰਨੇ ਵੀ 25 ਤੋਂ 30 ਫੁੱਟ ਹੈਗੀ ਆ ਉਹ ਰਕਬਾ ਕਿੰਨਾ ਬਣ ਜਾਂਦਾ ਉਹ ਰਕਬੇ ਨੂੰ ਭਰਨ ਵਾਸਤੇ ਜਨਤਾ ਕਿੰਨੀ ਚਾਹੀਦੀ ਆ ਮੈਂ ਜਦੋਂ ਪੈਦਲ ਮੈਨੂੰ ਯਾਤਰਾ ਕਰਨੀ ਪਈ ਨਾ ਤਾਂ ਮੈਂ ਸਾਰੇ ਰਾਹਾਂ ਦੇ ਵਿੱਚ ਸਾਰੇ ਥਾਵਾਂ ਦੇ ਵਿੱਚ ਸਾਰੇ ਟੈਂਟਾਂ ਦੇ ਵਿੱਚ ਉਹਨਾਂ ਕੁੱਲੀਆਂ ਦੇ ਵਿੱਚ ਦੀ ਹੂ ਕੇ ਲੰਘਿਆ ਮੈਂ ਮਿਲਿਆ ਹਰਿਆਣੇ ਦੀ ਖਾ ਪੰਚਾਇਤਾਂ ਦੇ ਤਾਉਾਂ ਨੂੰ ਮੈਂ ਮਿਲਿਆ ਉੱਥੇ ਰਹਿੰਦੇ ਆਪਣੇ ਪੰਜਾਬੀ ਵੀਰਾਂ ਨੂੰ ਜਿਨ੍ਹਾਂ ਨੇ ਪੱਕੇ ਮੋਰਚੇ ਲਾਏ ਹੋਏ ਨੇ ਦੇਣਦਾ ਰਹੇਗਾ ਪੰਜਾਬ ਦਾ ਹਰ ਇੱਕ ਬੰਦਾ ਉਹਨਾਂ ਦਾ ਜਿਹੜਾ ਨੇ ਹਾਲੇ ਤੱਕ ਉੱਥੇ ਮੋਰਚੇ ਗੱਡੇ ਹੋਏ ਨੇ ਤੇ ਇਹ ਦੇਣਦਾਰੀ ਕੋਈ ਦੇ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਹਾਲੇ ਤੱਕ ਝੰਡੇ ਗੱਡੇ ਹੋਏ ਨਹੀਂ। ਕੁਝ ਲੋਕ ਲਖਾ ਸੁਧਾਨਾ ਤੇ ਦੀਪ ਸਿੱਧੂ ਨੂੰ ਨਿੰਦਣ ਕਰਕੇ ਵਾਪਸ ਆ ਗਏ ਸੀਗੇ। ਵੱਡੀ ਗੱਲ ਸੀ ਕਿ 26 ਜਨਵਰੀ ਨੂੰ ਜੋ ਹੋਇਆ ਕੁਝ ਵੀ ਮਾੜਾ ਨਹੀਂ ਹੋਇਆ ਬਹੁਤ ਵਧੀਆ ਹੋਇਆ ਮਹਾਰਾਜ ਨੇ ਜੋ ਕੀਤਾ ਬੜਾ ਚੰਗਾ ਕੀਤਾ। ਕੁਝ ਗਲਤ ਨਹੀਂ ਹੋਇਆ। ਮੈਂ ਉਹਨੂੰ ਗਲਤ ਕਿਤੇ ਵੀ ਇੱਕ ਪੈਸੇ ਦਾ ਗਲਤ ਨਹੀਂ ਮੰਨਦਾ। ਐਸ ਸਟੇਜ ਤੋਂ ਖੱਪ ਨਾ ਪਾਉਂਦੇ ਕਾਂਵਾਂ ਰੌਲੀ ਨਾ ਪਾਉਂਦੇ। ਕੋਈ ਬੰਦਾ ਇਹਨਾਂ ਤੋਂ ਟੁੱਟਦਾ ਨਾ। ਦੀਪ ਸਿੱਧੂ ਮੋਰਚੇ ਚ ਦਾਖਲ ਨਹੀਂ ਹੋ ਸਕਦਾ ਲੱਖਾਂ ਸਦਾਣਾ ਸਾਡੇ ਨਾਲ ਨਹੀਂ ਤੁਹਾਨੂੰ ਕਿਹਨੇ ਕਿਹਾ ਵੀ ਉਹ ਤੁਹਾਡੇ ਨਾਲ ਨਹੀਂ ਕਿਹਨੇ ਕਹਤਾ ਉਹ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਇਹ ਮੋਰਚਾ ਹੀ ਉਹਨਾਂ ਦਾ ਵਾ ਇਹ ਬਾਕੀ ਜਿਹੜੇ ਆਏ ਨੇ ਨਾ ਉੱਥੇ ਜਿੰਸੇ ਜਿਨ੍ਹਾਂ ਨੇ ਸਟੇਜ ਲਾਈ ਆ ਸੰਯੁਕਤ ਮੋਰਚੇ ਦੇ ਉੱਤੇ ਆਣ ਕੇ ਪੰਡਾਲ ਸਜਾ ਲਿਆ ਬੱਤੀ ਜੱਥੇ ਬੰਦੀਆਂ ਇਹ ਗੱਲ ਕਰਦੇ ਉਹ ਗੱਲ ਕਰਦੇ ਉਹ ਸਾਰੀਆਂ ਬੇਮਾਇਨੀ ਨੇ ਇੱਕ ਗੱਲ ਜਿਹੜੀ ਮੇਨ ਆ ਕਿ ਉਹ ਜਿਹੜੀ ਲੱਗੀ ਹੋਈ ਆ ਜਿਹੜੀ ਲੱਗੀ ਹੋਈ ਆ ਸਟੇਜ ਉਹ ਉਹ ਸਟੇਜ ਲੱਗੇ ਸਦਾਨੇ ਦੀ ਦੀਪ ਸਿੱਧੂ ਦੀ ਆ ਇਹ ਖੈਰਾਤ ਚ ਮਿਲੀਆਂ ਹੋਈਆਂ ਚੀਜ਼ਾਂ ਨੇ ਇਹਨਾਂ ਦਾ ਆਨੰਦ ਲਓ ਇਹਨਾਂ ਦਾ ਲੁਤਫ ਲਓ ਨੌਜਵਾਨਾਂ ਦੇ ਖੂਨ ਦੇ ਨਾਲ ਤੁਸੀਂ ਹੋਲੀ ਖੇਡੋ ਗਾਲਾਂ ਕੱਢੋ ਉਹਨਾਂ ਨੂੰ ਮਾੜਾ ਚੰਗਾ ਕਹੋ ਤਾਂ ਕਿ ਉਹ ਇੱਥੋਂ ਤੁਰਦੇ ਜਾਣ ਉਹ ਤੁਰਦੇ ਜਾਣ ਤੁਰਦੇ ਜਾਣ ਇੱਕ ਦਿਨ ਮੋਰਚਾ ਖਾਲੀ ਹੋ ਜAVE ਤੇ ਤੁਸੀਂ ਵੀਡੀਓ ਬਣਾ ਕੇ ਕਹੋ ਕਿ ਭਾਉ ਜੀ ਆਹਦਾ 14 ਕਿਲੋਮੀਟਰ ਦਾ ਕਾਫਲਾ ਬੰਦੇ 14 15 ਹੀ ਆ ਕੀ ਕਰੀਏ ਤੁਹਾਨੂੰ ਕਰਨ ਦੀ ਲੋੜ ਥੋੜੀ ਪੈਣੀ ਆ ਫਿਰ ਸਰਕਾਰ ਨੇ ਹੋਣਾ ਆਪਣੇ ਤਰੀਕੇ ਨਾਲ ਮਾਰ-ਮਾਰ ਕੇ ਛਿੱਤਰ ਤੇ ਬਾਹਰ ਕੱਢ ਦੇਣਾ ਬੜਾ ਗੱਲ ਹੋਣ ਨਹੀਂ ਦੇਣੀ ਅਸੀਂ ਤੁਸੀਂ ਜਿੱਥੇ ਕਹੋਗੇ ਨਾ ਇੱਥੋਂ ਤੱਕ ਐਂਟਰੀ ਨਹੀਂ ਹੈਗੀ ਉਧਰ ਤੋਂ ਪਿੱਛੇ ਅਸੀਂ ਤੁਹਾਨੂੰ ਖੜੇ ਮਿਲਾਂਗੇ ਸਵਾਲ ਕਰਾਂਗੇ ਕਿ ਜਦੋਂ ਇੱਥੇ ਲੱਖਾਂ ਦਾ ਇਕੱਠ ਸੀਗਾ ਉਹ 32 ਜਥੇਬੰਦੀਆਂ ਉਸ ਭਾਸ਼ਣ ਦੇ ਵਿੱਚ ਸ਼ਾਮਲ ਸੀ ਜਿਹਦੇ ਵਿੱਚ ਕਿਹਾ ਗਿਆ ਕਿ ਦੀਪ ਸਿੱਧੂ ਲੱਖਾਂ ਸਿਧਾਨਾ ਗद्दार ਨੇ ਦੱਲੇ ਨੇ ਦਲਾਲ ਨੇ ਕਿਸੇ ਵੀਰ ਨੇ ਕਿਹਾ ਕਿ ਇਹ ਗੱਲ ਬਹੁਤ ਗਲਤ ਆ ਫਲਾਣਾ ਕਾਮਰੇਡ ਆ ਫਲਾਣਾ ਆਰਐਸਐਸ ਦਾ ਵਾ ਦਰਸ਼ਨਪਾਲ ਦੀ ਕਿਸੇ ਨੇ ਮੇਰੇ ਨਾਲ ਗੱਲ ਕੀਤੀ ਮੈਂ ਨੂੰ ਕਿਹਾ ਮੈਂ ਕਿਹਾ ਖਬਰਦਾਰ ਤੂੰ ਬੰਦੇ ਨੂੰ ਗਲਤ ਬੋਲਿਆ ਤੇ ਕਿਦਾ ਭਾਈ ਕਿਉਂ ਮੈਂ ਕਿਹਾ ਮੈਂ ਅੱਜ ਤੱਕ ਉਹਦੇ ਮੂੰਹੋਂ ਹੀ ਨਾ ਦੋਵਾਂ ਬੱਚਿਆਂ ਦੀ ਕਿਸੇ ਕੋਲੋਂ ਨਿੰਦਿਆ ਨਹੀਂ ਸੁਣੀ ਉਹਦੇ ਮੂੰਹ ਚੋਂ ਕਦੀ ਕੋਈ ਇਹੋ ਜੀ ਗੱਲ ਨਹੀਂ ਕੀਤੀ ਗਈ ਤੇ ਆਪਾਂ ਨਿੰਦਣ ਲੱਗਾ ਕਿਸੇ ਨੂੰ 1 ਮਿੰਟ ਨਹੀਂ ਲਾਉਂਦੇ ਤੇ ਪਹਿਲਾਂ ਪਤਾ ਕਰ ਲਈਏ ਬਣਿਆ ਕੀ ਆ ਮੋਰ ਲੱਖੇ ਸਿਧਾਨੇ ਨੂੰ ਕਹਿੰਦੇ ਕਿ ਅੰਦੋਲਨ ਚ ਵਾਪਸ ਲੈ ਲਿਆ ਲੱਖਾ ਸਿਧਾਨਾ ਜਦੋਂ ਮਰਜ਼ੀ ਅੰਦੋਲਨ ਦੇ ਵਿੱਚ ਵਾਪਸੀ ਪਾ ਸਕਦਾ ਲੱਖੇ ਨੂੰ ਬੇਨਤੀ ਹੈ ਜਦੋਂ ਵੀ ਜਾਣਾ ਪਾਉ ਆਪਣਾ ਪ੍ਰਬੰਧ ਕਰਕੇ ਨਾਲ ਬੰਦੇ ਲੈ ਕੇ ਜਾਵੇ ਭਰੋਸੇ ਕਰਨ ਵਾਲੀ ਦੁਨੀਆ ਨਹੀਂ ਰਹੇਗੀ ਯਕੀਨ ਕਰਨ ਵਾਲੀ ਦੁਨੀਆ ਨਹੀਂ ਰਹੇਗੀ ਢੱਲੇਵਾਲ ਸਾਹਿਬ ਬੋਲ ਰਿਹਾ ਸੀ ਕੁਝ ਤੇ ਉਹਨਾਂ ਦੇ ਬੋਲਣ ਦਾ ਲਹਿਜਾ ਜਿਹੜਾ ਸੀਗਾ ਉਹ ਦੱਸ ਰਿਹਾ ਸੀਗਾ ਉਹ ਲਹਿਜਾ ਪਰੇਸ਼ਾਨ ਸੀਗੇ ਅਸੀਂ ਕਿਸੇ ਨੂੰ ਸਜ਼ਾ ਥੋੜੀ ਦਿੱਤੀ। ਆਪੜਿਆਂ ਨੂੰ ਨਿੰਦ ਕੇ ਅਸੀਂ ਮੋਰਚਾ ਖਰਾਬ ਕੀਤਾ। ਬਾਰੇ ਲੋਕਾਂ ਨੇ ਮੈਨੂੰ ਕਿਹਾ ਲੱਖੇ ਸੁਧਾਣੇ ਦੀ ਮਦਦ ਕਰਕੇ ਤੂੰ ਮੋਰਚੇ ਦੀ ਖਿਲਾਫਤ ਕਰ ਰਿਹਾ। ਤੂੰ ਦੀਪ ਸਿੱਧੂ ਦੀ ਮਦਦ ਕਰਕੇ ਮੋਰਚੇ ਦੀ ਖਿਲਾਫਤ ਕਰ ਰਿਹਾ। ਪਰ ਜੇ ਮੈਨੂੰ 100 ਫੋਨ ਆਉਂਦਾ ਨਾ ਕਿ ਬਾਈ ਐਪਰੀਸ਼ੀਏਟ ਕਰਦੇ ਆਂ ਦੋਵੇਂ ਯੋਧੇ ਵਾਪਸ ਨੂੰ ਜਾਣੇ ਚਾਹੀਦੇ ਆ ਤੇ 100 ਦੇ ਬਦਲੇ ਜੇ ਮੈਨੂੰ ਇੱਕ ਫੋਨ ਆ ਜਾਵੇ ਨਾ ਕਿ ਲੱਖਾ ਸੁਧਾਣਾ ਦੀਪ ਸਿੱਧੂ ਦੀ ਸਪੋਰਟ ਕਿਉਂ ਕਰਦਾ ਤੇ ਮੇਰਾ ਕੰਮ ਸੁਣਨਾ ਹੀ ਆ। ਇਹ ਧਿਆਨ ਕੇ ਜਿਹੜਾ ਮੈਂ 5 ਮਿੰਟ 10 ਮਿੰਟ ਬੋਲਿਆ ਉਹਦੇ ਤੋਂ ਬਾਅਦ ਮੈਂ ਲਿਸਨਰ ਹਾਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਨੀਆਂ ਆਈਆਂ ਮੈਂ ਕਿਸੇ ਨੂੰ ਜਵਾਬ ਨਹੀਂ ਦੇਣਾ ਹਾਂਜੀ ਕਰਨਾ ਕਿਸੇ ਵੇਲੇ ਕਿਸੇ ਨੇ 1 ਮਿੰਟ ਦੀ ਗੱਲ ਕਰਨੀ ਹੁੰਦੀ ਉਹ 1 ਘੰਟਾ ਵੀ ਕਰਦਾ ਰਹਿੰਦਾ ਮੈਂ ਹਾਂਜੀ ਹਾਂਜੀ ਕਰੀ ਜਾਂਦਾ ਮੈਂ ਸੁਣੀ ਜਾਂਦਾ ਮੈਂ ਬੋਲਦਾ ਘਟਿਆ ਕਿਉਂ ਬੋਲਣ ਵਾਸਤੇ ਮੇਰੇ ਕੋਲ ਪਲੇਟਫਾਰਮ ਹੈਗਾ ਫੇਸਬੁੱਕ ਨੇ ਕਿੰਨੀ ਵਾਰੀ ਪੇਜ ਬੰਦ ਕੀਤੇ ਨੇ ਕਿੰਨੀ ਵਾਰੀ ਆਈਡੀਆਂ ਬੰਦ ਕੀਤੀਆਂ ਨੇ ਕਿੰਨੀ ਵਾਰੀ ਰੀਚ ਖਤਮ ਕੀਤੀ ਆ ਹਰ ਵਾਰੀ ਅਸੀਂ ਨਿਕਲਦੇ ਆ ਅਸੀਂ ਬੋਲਦੇ ਆ ਸਾਡੀ ਬਾਤ ਜਿਹੜੀ ਆ ਲੋਕਾਂ ਤੱਕ ਜਾਂਦੀ ਆ ਤੇ ਉਹਨਾਂ ਨੂੰ ਪਹੁੰਚਾਉਣ ਵਾਲੇ ਤੁਸੀਂ ਲੋਕ ਹੁੰਦੇ ਜੇ ਕਿਉਂਕਿ ਤੁਸੀਂ ਸ਼ੇਅਰ ਕਰਦੇ ਜੇ ਤੁਸੀਂ ਮੇਰੇ ਨਾਲ ਜੁੜੇ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਜੇ ਹਜ਼ਾਰਾਂ ਲੋਕਾਂ ਤੱਕ ਜਾਂਦੀ ਆ ਇਹਦਾ ਮਤਲਬ ਸਾਰੇ ਇੱਕ ਤਰੀਕੇ ਨਾਲ ਅੰਦੋਲਨ ਦੇ ਨਾਲ ਜੁੜੇ ਹੋਏ ਆ ਅੰਦੋਲਨ ਸਿਰਫ ਦਿੱਲੀ ਦੇ ਵਿੱਚ ਧਰਨੇ ਦੇ ਵਿੱਚ ਬੈਠੇ ਹੋਏ ਲੋਕਾਂ ਦਾ ਨਹੀਂ ਆ ਇਹ ਟਵਿੱਟਰ ਦੇ ਉੱਤੇ ਵੱਖ-ਵੱਖ ਤਰੀਕਿਆਂ ਨਾਲ ਕਮੈਂਟ ਕਰਕੇ ਟਵੀਟ ਕਰਕੇ ਆਏ ਲੋਕਾਂ ਦਾ ਵੀ ਆ ਇਹ YouTube ਤੇ ਵੀਡੀਓ ਪਾਉਣ ਵਾਲੇ ਲੋਕਾਂ ਦਾ ਵੀ ਆ ਇਹ Facebook ਉੱਤੇ ਇਕੱਠੇ ਕਰਨ ਵਾਲੇ ਲੋਕਾਂ ਦਾ ਵੀ ਆ ਇਹ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਜੋੜ ਕੇ ਅਗਲੇ ਬੰਨੇ ਦਿੱਲੀ ਪਹੁੰਚਾਉਣ ਵਾਲੇ ਲੋਕਾਂ ਦਾ ਵੀ ਆ ਉੱਥੇ ਲਾ ਕੇ ਲੰਗਰ ਬੈਠੇ ਲੋਕਾਂ ਦਾ ਵੀ ਆ ਇਹ ਜਿਹੜਾ ਅੰਦੋਲਨ ਆ ਹਰ ਉਸ ਮਾਂ ਦਾ ਅੰਦੋਲਨ ਆ ਹਰ ਉਸ ਪੁੱਤ ਦਾ ਅੰਦੋਲਨ ਆ ਹਰ ਉਸ ਭੈਣ ਦਾ ਅੰਦੋਲਨ ਆ ਜਿਹੜੀ ਇੱਥੇ ਭਾਰਤ ਦੇ ਵਿੱਚ ਤੇ ਨਹੀਂ ਸੱਤ ਸਮੁੰਦਰੋਂ ਪਾਰ ਰੂਹਾਂ ਬੈਠੀਆਂ ਨੇ ਪਰ ਉਹਨਾਂ ਦਾ ਧਿਆਨ ਦਿੱਲੀ ਦੇ ਵਿੱਚ ਆ ਲੱਖੇ ਸਦਾਨੇ ਦਾ ਕੀ ਬਣੂ ਕਾਫੀ ਪੈਣਾ ਨੇ ਮੈਨੂੰ ਸਵਾਲ ਕੀਤੇ ਸੀ ਚਲੋ ਲੱਖੇ ਸਦਾਨੇ ਨੂੰ ਅੰਦੋਲਨਕਾਰੀਆਂ ਨੇ ਵਾਪਸ ਲੈ ਲਿਆ ਆਪਣੇ ਵਿੱਚ ਸਮੁਲੀਅਤ ਕਰਾ ਲਈ ਗਲਤੀ ਇਹਨਾਂ ਕੋ ਲੱਖੇ ਸਦਾਨੇ ਦੀ ਵੀ ਦੱਸੀ ਨਹੀਂ ਗਈ ਤੇ ਗਲਤੀ ਇਹਨਾਂ ਕੋ ਕੱਢੀ ਨਹੀਂ ਜਾਣੀ ਦੀਪ ਸਿੱਧੂ ਦੀ ਸਟੇਜ ਕੈਪਚਰਿੰਗ ਦੀ ਗੱਲ ਕਰਨਗੇ ਉਹ ਸਟੇਜ ਕੈਪਚਰ ਤਾਂ ਹੋਈ ਕਿਉਂਕਿ ਤੁਸੀਂ ਸਟੇਜ ਦਾ ਸੰਚਾਲਨ ਸਹੀ ਨਾ ਕੀਤਾ ਹੋਊਗਾ ਤੁਸੀਂ ਕੋਈ ਇਹੋ ਜਿਹੇ ਗੰਦੇ ਕੰਮ ਕੀਤੇ ਹੋਣਗੇ ਜਿਹਦੇ ਕਰਕੇ ਲੋਕਾਂ ਨੂੰ ਤੁਹਾਡੇ ਤੇ ਗੁੱਸਾ ਹੋਊਗਾ ਜਦੋਂ ਤੁਸੀਂ ਜਾਣ ਅੰਦੋਲਨ ਕਰਨਾ ਵਾ ਤੁਸੀਂ ਸਟੇਜ ਦੇ ਉੱਤੇ ਬੈਠੇ ਜੇ ਤੁਹਾਡੇ ਕੋ ਆਣ ਕੇ ਕੋ ਮਾਈਕ ਕਿਉਂ ਖੋਊਗਾ ਯਾਰ ਕਿਹੜੀ ਗੱਲਾਂ ਆਣ ਕੇ ਕਹੂਗਾ ਕਿ ਤੁਸੀਂ ਪਾਸੇ ਹੋ ਜਾਓ ਅਸੀਂ ਬੋਲਣਾ ਉਹਦਾ ਕੋਈ ਕਾਰਨ ਹੋਊਗਾ ਉਹ ਗਲਤ ਹੋਊਗਾ ਕਿਸੇ ਪਾਸੇ ਤੁਸੀਂ ਉਹ ਗਲਤੀ ਆਪਣੀ ਲੋਕਾਂ ਸਾਹਮਣੇ ਸ਼ਾਮਲ ਨਹੀਂ ਕਰੋਗੇ ਕਿਸੇ ਦੇ ਸਾਹਮਣੇ ਕਈ ਦੇ ਸੀ ਕੌਣ ਵਿਕਿਆ ਆਹ ਵਿਕਿਆ ਉਹ ਵਿਕਿਆ ਯਾਰ ਹਰੇਕੋ ਬੰਦਾ ਵਿਕਿਆ ਵਾ ਜਿਹੜਾ ਬੰਦਾ ਉੱਥੇ ਬੈਠੇ ਲੋਕਾਂ ਦਾ ਦਿਲ ਦਿਖਾ ਰਿਹਾ ਸੱਤ ਸਮੁੰਦਰ ਪਾਰ ਬੈਠੇ ਲੋਕਾਂ ਦਾ ਦਿਲ ਦਿਖਾ ਰਿਹਾ ਹਰੇਕੋ ਬੰਦਾ ਦੋਸ਼ੀ ਆ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਲੋਕਾਂ ਦਾ ਦਿਲ ਦਿਖਾ ਰਿਹਾ ਮੈਂ ਉਹ ਦਿਨ ਗਿਆ ਮੈਂ ਉੱਥੇ ਮੈਂ ਵੇਖ ਕੇ ਆਇਆ ਰਾਜ ਆਪਣਾ ਖੁਦ ਦਿੱਲੀ ਮੈਂ ਵੇਖ ਕੇ ਆਇਆ ਮੈਨੂੰ ਪਤਾ ਮੈਂ ਉੱਥੇ ਕੀ ਵੇਖ ਕੇ ਆਇਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਤੁਸੀਂ ਸਹੀ ਆ ਹਰ ਇੱਕ ਨੂੰ ਨਿੱਦੀ ਜਾਣਾ ਹਰ ਇੱਕ ਨੂੰ ਮਾੜਾ ਕਹੀ ਜਾਣਾ ਕੁਝ ਵੀਰ ਹਣ ਲੱਖੇ ਸਦਾਨੇ ਦੀਆਂ ਬਣਾਉਣ ਲੱਗ ਪਏ ਨੇ ਲੱਖਾ ਸਦਾਨਾ ਮਿਲਿਆ ਹੋਇਆ ਇੱਥੇ ਸਮਝੌਤਾ ਹੋਇਆ ਸੀ ਇੱਥੇ ਇੰਨੀਆਂ ਮੀਟਿੰਗਾਂ ਹੋਈਆਂ ਸੀ ਓਏ ਯਾਰ ਕਿਸੇ ਨੂੰ ਬਖਸ਼ ਦਿਓ ਓਏ ਕਿਸੇ ਨੂੰ ਰਹਿਣ ਦਿਓ ਤੁਸੀਂ ਜੀਂਦਾ ਹਰ ਇੱਕ ਜ਼ਾਮ ਲਈ ਆਉਂਦੇ ਜੇ ਲੱਖਾ ਸੁਧਾਨਾ ਜੇ ਉਹਦੇ ਵਿੱਚ ਵਾਪਸੀ ਕਰ ਲਿੰਦਾ ਅੰਦੋਲਨ ਦੇ ਤੇ ਘੱਟੋ ਘੱਟ ਇੱਕ ਗੱਲ ਤਾਂ ਹੈਗੀ ਆ ਨਾ ਕਿ ਪੁਲਸ ਨੂੰ ਨਹੀਂ ਫੜੂਗੀ ਜੇ ਪੁਲਸ ਨੂੰ ਨਹੀਂ ਫੜੂਗੀ ਲੋਕੋ ਦੇ ਵਾਸਤੇ ਹੱਕ ਦੇ ਵਿੱਚ ਖੜਨਗੇ ਜਦੋਂ ਨਹੀਂ ਕੈਪਚਰ ਹੋਏਗਾ ਉਹ ਜੇਲ ਨਹੀਂ ਜਾਏਗਾ ਯਾਰ ਜਦੋਂ ਜੇਲ ਨਹੀਂ ਜਾਊਗਾ ਇੱਕੋ ਡਰ ਜਿਹੜਾ ਲੋਕਾਂ ਦੇ ਮਨਾਂ 'ਚ ਬੈਠਾ ਵੀ ਜੇ ਲੱਖਾ ਅੰਦਰ ਚਲਾ ਗਿਆ ਤੇ ਉਹਨੂੰ ਬਾਹਰ ਨਹੀਂ ਨਿਕਲਣ ਦੇਣਾ ਕਿਸੇ ਨੇ ਉਹ ਡਰ ਤਾਂ ਖਤਮ ਹੋਊਗਾ ਜਦੋਂ ਲੱਖਾ ਅੰਦੋਲਨ ਦੇ ਅੰਦਰ ਹੋ ਗਿਆ ਫਿਰ ਆਪਾਂ ਲੱਖੇ ਨਾਲ ਵੀ ਗੱਲ ਕਰਾਂਗੇ ਬਾਈ ਤੂੰ ਦੀਵਾਰੇ ਕੀ ਸੋਚਦਾ ਤੂੰ ਦੱਸ ਜਦੋਂ ਲਖਾ ਕੋ ਗੱਲ ਗਲਤ ਕਹਿ ਦੂਗਾ ਉਦੋਂ ਯਾਰ ਅਪਾ ਵੀ ਲੈ ਲਾਂਗੇ ਕੋਈ ਸਟੈਂਡ ਉਦੋਂ ਤੋਂ ਪਹਿਲਾਂ ਜਿਹੜਾ ਤੁਸੀਂ ਬਾਰ ਬਾਰ ਇਹ ਗਲਤ ਆਓ ਗਲਤ ਆ ਇਹ ਗੱਲਾਂ ਨੂੰ ਨਾ ਕਰੋ ਤੁਸੀਂ ਇਹ ਗੱਲਾਂ ਕਰਕੇ ਦਿਲ ਨਾ ਦਿਖਾਓ ਲੋਕਾਂ ਦੇ ਇੱਕ ਜਗ੍ਹਾ ਤੇ ਟਿੱਕੇ ਰੋ ਮੈਨੂੰ ਨਹੀਂ ਪਤਾ ਕੌਣ ਐ ਤੁਸੀਂ ਕੌਣ ਨਹੀਂ ਜੇ ਜੋ ਵੀ ਤੁਸੀਂ ਪੋਸਟਾਂ ਪਾਉਂਦੇ ਜੇ ਜੇ ਤੁਹਾਨੂੰ ਮੇਰੇ ਤੇ ਕੋਈ ਕਿੰਤੂ ਪਰੰਤੂ ਐ ਤੁਸੀਂ 8847574252 ਤੇ ਫੋਨ ਕਰ ਲਿਓ ਜਾਂ 90237 15322 ਤੇ WhatsApp ਕਾਲ ਕਰ ਲਿਓ ਸਿੱਧੀ ਕਾਲ ਕਰ ਲਿਓ ਜਿਤਨਾ ਮਰਜੀ ਤੁਹਾਡਾ ਦਿਲ ਕਰਦਾ ਤੁਸੀਂ ਕੰਟੈਕਟ ਕਰ ਲਿਓ ਮੈਨੂੰ ਕੋਈ ਨਾ ਇੱਕ ਸ਼ਹਿ ਦੱਸ ਦਿਓ ਵੀ ਜਿੱਥੇ ਜਿੱਥੇ ਗਲਤ ਆ ਕਈ ਕਹਿੰਦੇ ਲਖਨੇ ਇੱਥੇ ਮੀਟਿੰਗਾਂ ਕੀਤੀਆਂ ਜੀ ਉੱਥੇ ਆ ਗੱਲ ਹੋਈ ਆ ਉਹ ਦੀਪ ਨੂੰ ਧੋਖਾ ਦੇ ਗਿਆ ਉਹ ਤਾਂ ਭੁੱਲਿਆ ਹੀ ਨਹੀਂ ਯਾਰ ਉਹਨੂੰ ਬੋਲਤਾ ਲੈਣ ਦੋ ਜਦੋਂ ਬੋਲੂਗਾ ਉਦੋਂ ਧੋਖਾ ਵੀ ਸਹੀ ਤੁਸੀਂ ਦੱਸਦੇ ਸਾਹ ਲੈ ਲਓ ਚੁੱਪ ਕਰ ਜੋ ਹੋ ਸਕਦਾ ਕੋਈ ਕੰਮ ਚੰਗਾ ਹੋਵੇ 8 ਤਰੀਕ ਨੂੰ ਉਹਦੀ ਜ਼ਮਾਨਤ ਲੱਗਣੀ ਹੋ ਸਕਦਾ ਦੀਪ ਸਿੱਧੂ ਬਾਹਰ ਆ ਜੇ ਉਹ ਹੋ ਕੇ ਪਾਸੇ ਨੂੰ ਤੁਰੇ ਇੱਥੇ ਪੰਜਾਬ ਦੇ ਵਿੱਚ ਅੰਦੋਲਨ ਨਹੀਂ ਚੱਲਣ ਡਿਆ ਅੰਦੋਲਨ ਦਿੱਲੀ ਚੱਲਣ ਡਿਆ ਵਾ ਪੰਜਾਬ ਦੀ ਰਾਜਨੀਤੀ ਨੇ ਕੀ ਉਥਲ ਪੁਥਲ ਲੈਣੀ ਕਿਸੇ ਨੂੰ ਨਹੀਂ ਪਤਾ ਆਪਾਂ ਸਾਰੇ ਜਾਨੇ ਦੇਖਦੇ ਪਏ ਆ ਕਿ ਅੱਗੇ ਹੋਣਾ ਕੀ ਆ ਮੈਂ ਦੀਪ ਸਿੱਧੂ ਨੂੰ ਵੀ ਉਹਨਾਂ ਪਿਆਰ ਕਰਦਾ ਮੈਂ ਲਖੇ ਸਧਾਣੇ ਨੂੰ ਵੀ ਉਹਨਾਂ ਪਿਆਰ ਕਰਦਾ ਮੈਨੂੰ ਬੜੇ ਲੋਕਾਂ ਨੇ ਕਿਹਾ ਲਖੇ ਸਧਾਣੇ ਦੀ ਮਦਦ ਕਰ ਬੜੇ ਲੋਕਾਂ ਨੇ ਕਿਹਾ ਦੀਪ ਸਿੱਧੂ ਦੀ ਮਦਦ ਕਰ ਮੈਂ ਦੋਵਾਂ 'ਚੋਂ ਕਿਸੇ ਦੀ ਵੀ ਮਦਦ ਨਹੀਂ ਕਰਦਾ ਜੇ ਬੋਲਿਆ ਤਾਂ ਦੋਵਾਂ ਵਾਸਤੇ ਇਕੱਠੇ ਬੋਲਿਆ ਮੈਂ ਕਿਸਾਨ ਅੰਦੋਲਨ ਦੇ ਹੱਕ 'ਚ ਵਿਰੋਧ 'ਚ ਮੈਂ ਕਦੀ ਕੋਈ ਵੀਡੀਓ ਨਹੀਂ ਪਾਈ ਜੇ ਮੈਂ ਕੋਈ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਕੋਈ ਵੀਡੀਓ ਨਹੀਂ ਨਾ ਪਾਈ ਤੇ ਇਹਦਾ ਮਤਲਬ ਆ ਨਹੀਂ ਹੈਗਾ ਕਿ ਮੈਂ ਅੰਦੋਲਨ ਨਾਲ ਜੁੜਿਆ ਨਹੀਂ ਸੀ ਮੇਰੇ ਵੀ ਪਰਿਵਾਰ ਦਾ ਇੱਕ ਜੀ ਬੈਠਾ ਉਹ 40 ਦਿਨ ਉੱਥੇ ਲਾ ਕੇ ਆਇਆ ਵਾ ਦਿੱਲੀ ਮੈਂ ਤਾਂ ਇੱਕ ਗੱਲ ਕਹਿਣਾ ਕਿ ਜੇ ਆਪਾਂ ਕੁਝ ਜਿੱਤਣਾ ਵਾ ਤਾਂ ਜ਼ਰੂਰੀ ਆ ਪਹਿਲਾਂ ਆਪਣੇ ਮਨ ਨੂੰ ਜਿੱਤੀਏ ਉਦੋਂ ਤੋਂ ਬਾਅਦ ਅਸੀਂ ਅੰਦੋਲਨ ਨੂੰ ਜਿੱਤਾਂਗੇ ਆਪਾਂ ਜਦੋਂ ਬੇਸੁਰੇ ਇਲਜ਼ਾਮ ਲਗਾ ਕੇ ਲੋਕਾਂ ਨੂੰ ਟਾਰਚਰ ਕਰਦੇ ਹਨ ਆਪਣੀ ਕਈ ਹੋਈ ਇੱਕ ਗੱਲ ਘੱਟ ਤੋਂ ਘੱਟ 100 ਬੰਦੇ ਤੱਕ ਤਾਂ ਜਾਂਦੀ ਹੋਊਗੀ 200 ਤੱਕ 1000 ਤੱਕ ਤਾਂ ਜਾਂਦੀ ਹੋਊਗੀ ਕਿਸੇ ਨੂੰ ਚੰਗੀ ਲੱਗਦੀ ਹੋਊਗੀ ਕਿਸੇ ਨੂੰ ਮਾੜੀ ਲੱਗਦੀ ਹੋਊਗੀ ਜਿਵੇਂ ਹੁਣ ਮੈਂ ਲਾਈਵ ਪਾਉਣਾ ਤੇ ਜਥੇ ਬੰਦੀਆਂ ਦੇ ਨਾਲ ਜਿਹੜੇ ਕੋ ਚੰਦ ਬੰਦੇ ਨੇ ਉਹਨਾਂ ਨੂੰ ਬੜਾ ਦੁੱਖ ਹੁੰਦਾ ਪਰ ਜਿਹੜੇ ਦੂਸਰੇ ਨੇ ਬਹੁਤ ਆਨ ਦੇ ਵਿੱਚ ਉਹ ਅਪਰੀਸ਼ੀਏਟ ਕਰਦੇ ਨੇ ਪਿਆਰ ਦਿੰਦੇ ਨੇ ਇਹ ਸਾਰਾ ਕੁਝ ਇਤਨੀ ਚੱਲਦਾ ਰਹਿੰਦਾ ਰਾਜਨੀਤੀ ਦੀਆਂ ਦੁਵਾਰਾਂ ਜਿਹੜੀਆਂ ਨੇ ਟੈਂਦੀਆਂ ਰਹਿੰਦੀਆਂ ਬਣਦੀਆਂ ਰਹਿੰਦੀਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਇੱਕ ਜਗ੍ਹਾ ਦੇ ਉੱਤੇ ਠੀਕੇ ਰਹਿਨੇ ਆ ਤੋ ਸਾਡੇ ਵਾਸਤੇ ਸਭ ਤੋਂ ਵੱਧ ਮਤਵਪੂਰਨ ਸੋ ਦੋਸਤੋ ਦੀਪ ਸਿੱਧੂ ਦਾ ਅੱਜ ਜਨਮ ਦਿਨ ਹੈ ਤੇ ਵੱਖ-ਵੱਖ ਥਾਵਾਂ ਤੇ ਖੂਨਦਾਨ ਕੈਂਪ ਲਗਾਏ ਗਏ ਨੇ ਬਲੱਡ ਡੋਨੇਸ਼ਨ ਵਾਸਤੇ ਇੱਕ ਬਹੁਤ ਵਧੀਆ ਪ੍ਰਾਲਾ ਤੇ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਲੱਖੇ ਸਿਧਾਨਾ ਵਾਪਸੀ ਕਰ ਰਿਹਾ ਵਾ ਅੰਦੋਲਨ ਦੇ ਵਿੱਚ ਕਿ ਉਹ ਵਾਪਸ ਜਾਂਦਾ ਵਾ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਜਿੰਨੀ ਦੇਰ ਤੱਕ ਲੱਖੇ ਸਿਧਾਨੇ ਵਰਗੇ ਮੂਰੇ ਰਹਿਣਗੇ ਉੰਨੀ ਦੇਰ ਤੱਕ ਇੱਕ ਡਰਤਾ ਰਹੂਗਾ ਨਾ ਲੋਕਾਂ ਨੂੰ ਮਗਰ ਖੜਾ ਲੈ ਕੋਈ ਤੇ ਜਦੋਂ ਦੀਪ ਸਿੱਧੂ ਆ ਗਿਆ ਫਿਰ ਦੋ ਸ਼ੇਰ ਹੋ ਜਾਣਗੇ ਫਿਰ ਤਾਂ 1 ਨਾਲ ਭਲੇ 2 ਤੇ 2 ਨਾਲ ਭਲੇ 4 ਤੇ ਉਹਦੇ ਤੋਂ ਬਾਅਦ ਜਾਇਦਾ ਕਾਰ ਆ ਸੋ ਦੋਸਤੋ ਇਸ ਦੇ ਨਾਲ ਹੀ ਹੁਣ ਤੁਹਾਨੂੰ ਲੈ ਚੱਲਦੇ ਹਾਂ ਲੱਖਸਦਾਨਾ ਬਾਰੇ ਸਾਹਮਣੇ ਆਈ ਇੱਕ ਵੱਡੀ ਖਬਰ ਵੱਲ ਲੱਖਸਦਾਨਾ ਦੇ ਇੱਕ ਖਾਸ ਪੋਟਰ ਅਤੇ ਜ਼ਿਆਦਾਤਰ ਲੱਖਸਦਾਨਾ ਦੇ ਨਜ਼ਦੀਕ ਰਹਿਣ ਵਾਲੇ ਉਹਨਾਂ ਦੇ ਇੱਕ ਹਮੈਤੀ ਵੱਲੋਂ ਖਬਰ ਸਾਹਮਣੇ ਆਈ ਹੈ ਕਿ ਲੱਖਸਦਾਨਾ ਦਿੱਲੀ ਸੰਘਰਸ਼ ਦੇ ਵਿੱਚ ਦਿੱਲੀ ਸੰਯੁਕਤ ਮੋਰਚੇ ਦੀ ਸਟੇਜ ਦੇ ਕੋਲ ਪਹੁੰਚ ਗਏ ਨੇ ਤੇ ਬਹੁਤ ਜਲਦ ਤੁਹਾਨੂੰ ਲੱਖਸਦਾਨਾ ਸੰਯੁਕਤ ਮੋਰਚੇ ਦੀ ਦਿੱਲੀ ਸਟੇਜ ਤੋਂ ਦਿਖਾਈ ਦੇਣਗੇ ਸੋ ਕਿਹੜੇ-ਕਿਹੜੇ ਦੋਸਤ ਚਾਹੁੰਦੇ ਨੇ ਕਿ ਲੱਖਸਦਾਨਾ ਜਲਦ ਤੋਂ ਜਲਦ ਜੋ ਦਿੱਲੀ ਸੰਯੁਕਤ ਮੋਰਚੇ ਦੀ ਸਟੇਜ ਹੈ ਉਸ ਦੇ ਉੱਪਰ ਆਪਣਾ ਭਾਸ਼ਣ ਆਪਣੀ ਸਪੀਚ ਦੇਣ ਉਹ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾ ਕੇ ਜਾਇਓ ਤੇ ਦੋਸਤੋ ਇਸ ਦੇ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗੇਂ ਦੇ ਨਾਲ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਲੇਟੈਸਟ ਅਪਡੇਟਸ ਕਿਸਾਨ ਇਸ ਘਰਸ ਨਾਲ ਜੁੜੀਆਂ ਹੋਈਆਂ ਹਰ ਇੱਕ ਤਾਜ਼ਾ ਖਬਰਾਂ ਅਤੇ ਹੋਰ ਸ਼ੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡਾ ਹੀ ਆਪਣਾ ਚੈਨਲ ਲਿਮਟਿਡ ਗੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਤੇ ਸਭ ਤੋਂ ਪਹਿਲਾਂ ਸੋ ਦੋਸਤੋ ਹੁਣ ਫਿਰ ਲੈ ਇੱਥੇ ਤੁਹਾਡੇ ਤੋਂ ਲੈਣਿਆ ਇਜਾਜ਼ਤ ਮਿਲਾਂਗੇ ਜਲਦ ਥੈਂਕ ਯੂ ਧੰਨਵਾਦ ਟੇਕ ਕੇਅਰ